ਪੰਜਾਬ ਮਿਲ ਟੀਵੀ ਯੂ ਐਸ ਏ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੇਜਪਾਲ ਸਿੰਘ ਬਨਿਆਸ ਤੇ ਲੈ ਕੇ ਹਾਜ਼ਰਾਂ ਪ੍ਰੋਗਰਾਮ ਖਬਰ ਜੰਕਸ਼ਨ ਸਰਦਾਰ ਨਰਿੰਦਰ ਸਿੰਘ ਸੱਤੀ ਹੁਣੀ ਸਾਡੇ ਕੋਲ ਪਹੁੰਚ ਚੁੱਕੇ ਆ ਉਹਨਾਂ ਨੂੰ ਜੀ ਆਇਆਂ ਕਹੀਏ ਤੇ ਪ੍ਰੋਗਰਾਮ ਸ਼ੁਰੂ ਕਰੀਏ ਸੱਤੀ ਸਾਹਿਬ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸੱਤੀ ਸਾਹਿਬ ਸ਼ੇਅਰ ਸੁਣਾਉਣਾ ਮੈਂ ਜੀ ਅਰਸ਼ਾਦ ਭਗਤ ਸਿੰਘ ਹੁਣਾ ਨਾਲ ਰਿਲੇਟਡ ਸ਼ੇਅਰ ਹੈ ਕਹਿੰਦੇ ਲਿਖ ਰਹਾ ਹੂੰ ਅੰਜਾਮ ਜਿਸਕਾ ਕੱਲ ਆਗਾਜ਼ ਆਏਗਾ ਮੇਰੇ ਲਹੂ ਦਾ ਹਰ ਕਤਰਾ ਇਨਕਲਾਬ ਲਾਏਗਾ ਜੀ ਮੈਂ ਰਹੂੰ ਨਾ ਰਹੂੰ ਪਰ ਇਹ ਵਾਦਾ ਹੈ ਮੇਰਾ ਜੀ ਮੇਰੇ ਬਾਦ ਵਤਨ 'ਤੇ ਮਰਨੇ ਵਾਲੋਂ ਦਾ ਸੈਲਾਬ ਆਏਗਾ ਜੀ ਕੱਲ 23 ਮਾਰਚ ਸੀ ਭਗਤ ਸਿੰਘ ਉਹਨਾਂ ਦਾ ਸ਼ਹੀਦੀ ਦਿਹਾੜਾ ਰਾਜਗੁਰੂ ਸਖਤੇਬ ਹੁਣੀ ਉਹਨਾਂ ਦੇ ਨਾਲ ਸ਼ਹੀਦੀਆਂ ਪ੍ਰਾਪਤ ਕੀਤੀਆਂ ਜੀ ਗੋਰੇ ਅੰਗਰੇਜ਼ ਤੇ ਕਾਲੇ ਅੰਗਰੇਜ਼ ਇੱਕ ਇਹੋ ਜਿਹੀ ਸੋਚ ਉਹ ਸਾਡੇ ਅੰਦਰ ਛੱਡ ਗਏ ਜੇਸ ਬੰਦੇ ਨੇ ਇਹਨੂੰ ਸਮਝ ਲਿਆ ਉਹਨੂੰ ਇਹ ਸਾਰੀ ਦੁਨੀਆ ਸਮਝ ਆ ਗਈ ਅੱਜ ਫੇਰ ਉਹੀ ਗੱਲ ਐ ਸਾਮਰਾਜਵਾਦ ਜਿਹਨੂੰ ਭਗਤ ਸਿੰਘ ਦੇ ਆਖਰੀ ਜਿਹੜੇ ਜਦੋਂ ਮਹਿਤਾ ਸਾਹਿਬ ਨੇ ਉਹਨਾਂ ਨੂੰ ਪੁੱਛਿਆ ਜਿਹੜੇ ਉਹਨਾਂ ਦੇ ਵਕੀਲ ਸੀ ਕਿ ਦੁਨੀਆ ਲਈ ਕੀ ਸੁਨੇਹਾ ਆ ਤਾਂ ਭਗਤ ਸਿੰਘ ਹੁਣੀ ਕਹਿੰਦੇ ਸਾਮਰਾਜਵਾਦ ਮੁਰਦਾਬਾਦ ਤੇ ਇਨਕਲਾਬ ਜ਼ਿੰਦਾਬਾਦ ਇਹ ਉਹ ਸੁਨੇਹਾ ਛੱਡ ਗਏ ਸੀ ਕੀ ਸਾਡਾ ਦੇਸ਼ ਅਜੇ ਵੀ ਉੱਥੇ ਹੀ ਨਹੀਂ ਖੜਾ ਕੱਲ 23 ਮਾਰਚ ਸੀ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਹਰਾਂ ਦਾ ਸ਼ਹੀਦੀ ਦਿਹਾੜਾ ਸੀ ਜੀ ਕਾਨਫਰੰਸਾਂ ਹੋਈਆਂ ਲੋਕ ਨਾਪਮਸਤਕ ਹੋਏ ਹਸੈਨੀ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਚ ਸਰਹੱਦ ਤੇ ਜਿੱਥੇ ਸੰਸਕਾਰ ਕੀਤਾ ਸੀ ਅੰਗਰੇਜ਼ਾਂ ਨੇ ਰਾਤੋਂ ਰਾਤ ਉਹਨਾਂ ਨੂੰ ਫਾਂਸੀ ਚਾੜ ਕੇ ਜੀ ਤੇ ਦਰਿਆ ਸੱਤ ਰੋਜ ਦੇ ਕੰਢੇ ਸੰਸਕਾਰ ਕਰ ਦਿੱਤਾ ਸੀ ਉੱਥੇ ਲੋਕ ਹੈ ਖਟਕੜ ਕਲਾ ਉਹਨਾਂ ਦਾ ਜੱਦੀ ਪਿੰਡ ਹੈ ਬਿਲਕੁਲ ਅੱਜ ਕੱਲ ਜ਼ਿਲ੍ਹਾ ਨਮਾ ਸ਼ਹਿਰ ਅਨ ਜਪੰਦਰ ਪੈਲਾਂਗਲਾ ਹੁਸ਼ਿਆਰਪੁਰ ਸੀ ਉੱਥੇ ਲੋਕ ਆਏ ਜਿਹੜੀ ਸੋਚ ਨੂੰ ਸਰਦਾਰ ਭਗਤ ਸਿੰਘ ਹੋਰੀ ਪ੍ਰਣਾਏ ਹੋਏ ਸੀ ਬਿਲਕੁਲ ਉਹਦੇ ਨੇੜੇ ਤੇੜੇ ਵੀ ਅੱਜ ਸਾਡੀਆਂ ਸਿਆਸੀ ਪਾਰਟੀਆਂ ਘਟੋ ਘਟ ਨਹੀਂ ਖੜੀਆਂ ਬਿਲਕੁਲ ਜਿਹੜੇ ਉਹਨਾਂ ਦੀ ਸੋਚ ਦੀ ਗੱਲ ਕਰਦੇ ਆ ਉਹਨਾਂ ਤੇ ਦੇਸ਼த்ਰੋਹੀ ਦੀਆਂ ਚੇਪੀਆਂ ਸਾਡੇ ਕੇਂਦਰੀ ਹਾਕਮ ਲਾਉਂਦੇ ਨੇ ਬਿਲਕੁਲ ਦੂਸਰੀ ਗੱਲ ਇਹ ਪਈ ਅਜੀਬੀ ਜਿਹੜਾ ਨੌਜਵਾਨ ਭਾਰਤ ਸੁਭਾਵਾ ਉਹਨਾਂ ਦੇ ਨਾਂ ਤੇ ਬਣੀਆ ਸ਼ਹੀਦ ਭਗਤ ਸਿੰਘ ਨੌਜਵਾਨ ਭਾਰਤ ਸਭਾ ਜੀ ਉਹਨਾਂ ਦੇ ਖਿਆਲ ਉਹ ਅਜੀਬੀ ਉਹਨਾਂ ਨੇ ਇੱਕ ਸ਼ੇਰ ਬੋਲਦੇ ਹੁੰਦੇ ਸੀ ਕਿ ਜਿਹੜਾ ਮੇਰੇ ਖਿਆਲਾਂ ਕੀ ਬਿਜਲੀਆਂ ਪਈ ਉਹ ਸਦਾ ਚਮਕਦੀਆਂ ਰਹਿ ਗਈਆਂ ਹਾਂਜੀ ਔਰ ਉਹਨਾਂ ਦਾ ਜਿਹੜਾ ਬਹੁਤ ਸਾਰੇ ਵਿਚਾਰ ਅੱਜ ਕੱਲ ਮੀਡੀਆ ਤੇ ਉਹਨਾਂ ਦੇ ਅ ਜਦ ਮੈਂ ਸਕਰੀਨ ਸ਼ਾਟ ਜਾਂ ਇਸ ਤਰ੍ਹਾਂ ਜਿਹੜੇ ਆ ਇੱਕ ਦੋ ਦਿਨਾਂ ਤੋਂ ਚੱਲ ਰਹੇ ਨੇ ਉਹਨਾਂ ਚ ਕੀ ਵੀ ਆ ਵੀ ਉਹ ਕਹਿੰਦੇ ਸੀ ਹਰ ਉਹ ਮੁੱਦਾ ਜਿਹੜਾ ਮਨੁੱਖਤਾ ਨਾਲ ਜੁੜਿਆ ਹੋਇਆ ਉਹ ਮੇਰਾ ਵੀ ਮੁੱਦਾ ਆ ਬਿਲਕੁਲ ਸੋ ਅੱਜ ਉਹਨਾਂ ਦੇ ਮੁੱਦੇ ਜਿਹੜੇ ਮਨੁੱਖਤਾ ਦੇ ਮੁੱਦੇ ਨੇ ਉਹ ਉਹ ਸਰਕਾਰ ਜਿਹੜੇ ਆ ਉਹ ਜਿਹੜੀਆਂ ਚੇਤਨ ਧਾਰਾਂ ਉਹਨਾਂ ਦੇ ਸਰਕਾਰ ਨੇ ਜੀ ਕੱਲ ਉਥੇ ਅ ਕੈਂਡ ਨੂੰ ਤਾਂ ਪ੍ਰੇਮ ਸਿੰਘ ਚੰਦੂ ਮਾਜਰਾ ਵੀ ਗਿਆ ਖਟਕੜਕਲਾ ਨਤਮਸਤਕ ਹੋਣਾ ਅਕਾਲੀ ਦਲ ਵੱਲੋਂ ਸ਼ਾਮਸੁੰਦਰ ਅਰੋੜਾ ਜੀ ਜੀ ਤੇ ਮੰਤਰੀ ਨੇ ਹੁਸ਼ਿਆਰਪੁਰ ਤੋਂ ਕਾਂਗਰਸ ਤੇ ਉਹ ਵੀ ਗਿਆ ਉਹਨਾਂ ਦੇ ਨਾਂ ਤੇ ਸੜਕ ਦਾ ਨਾਂ ਵੀ ਰੱਖਿਆ ਮਾਰਗ ਦਾ ਨਾਂ ਜਿਹੜਾ ਮੇਨ ਰੋਡ ਤੋਂ ਖਟਕੜਕਲਾ ਨੂੰ ਜਾਂਦੀ ਆ ਠੀਕ ਹੈ ਤੇ ਪਰ ਜਿਹੜੀ ਦੇਖਣ ਵਾਲੀ ਗੱਲ ਆ ਉਹ ਉਹ ਲੋਕ ਕਿੰਨਾ ਕੁਨਾਂ ਦੀ ਸੋਚ ਤੇ ਖਰੇ ਉੱਤਰਦੇ ਆ ਉਹ ਆ ਦੇਖਣਾ ਬਣਦਾ ਹੈਗਾ ਬਿਲਕੁਲ ਇਹ ਕਹਿੰਦੇ ਆ ਵੀ ਉਦੋਂ ਸ਼ਾਇਦ ਗਿਆਨੀ ਜੈਲ ਸਿੰਘ ਹਰਾਂ ਦੀ ਸਰਕਾਰ ਸੀਗੀ ਉਹ ਮੁੱਖ ਮੰਤਰੀ ਸੀਗੇ ਤਾਂ ਉਹਨਾਂ ਦੀ ਮਾਤਾ ਨੂੰ ਜਦੋਂ ਉਹ ਮਰਨ ਕਿਨਾਰੇ ਸੀਗੇ ਭਗ ਸਿੰਘ ਦੇ ਮਾਤਾ ਉਹਨੂੰ ਰਾਜ ਮਾਤਾ ਦਾ ਵਿਦਿਆਵਤੀ ਨੂੰ ਖਿਤਾਬ ਵੀ ਦਿੱਤਾ ਜੀ ਜੀ ਉਦੋਂ ਫੀਟ ਕਾਰਦੀਆਂ ਚਾਬੀਆਂ ਵੀ ਦਿੱਤੀਆਂ ਜਾਂਦੀਆਂ ਠੀਕ ਹੈ ਤੇ ਜਿਉਂਦੇ ਜੀ ਪੁੱਛਿਆ ਨਹੀਂ ਬਿਲਕੁਲ ਪਰ ਕੱਲ ਜਿਹੜੇ ਚੇਤਨ ਦਿਮਾਗ ਨੇ ਚੇਤਨ ਲੋਕ ਨੇ ਉਹਨਾਂ ਦਾ ਕਾਫਲਾ ਜਿਹੜਾ ਆ ਉਹ ਉਥੇ ਜੁੜਿਆ ਜੀ ਉਹਦੇ ਵਿੱਚ ਕਿਸਾਨ ਆਗੂ ਇਕੱਠੇ ਹੁੰਦੇ ਨੇ ਪਹਿਲਾਂ ਉਹਨਾਂ ਨੇ ਬਹੁਤ ਵੱਡੇ 4-5 ਏਕੜ ਦੇ ਵਿੱਚ ਰੈਲੀ ਦਾ ਪ੍ਰਬੰਧ ਕੀਤਾ ਸੀ ਤੰਬੂਕਨਾਤਾਂ ਲਾਈਆਂ ਸੀ ਪਰ ਉਹ ਮੀਂਹੇਰੀ ਕਰਕੇ ਪਖੜ ਹੋ ਗਿਆ ਪਰ ਤੁਸੀਂ ਲੋਕਾਂ ਦਾ ਜੋਸ਼ ਜਜ਼ਬਾ ਦੇਖੋ ਤੇ ਇਸੇ ਤਰ੍ਹਾਂ ਵਹੀਰਾਂ ਘੱਟ ਕੇ ਦਾਣਾ ਮੰਡੀ ਬੰਗਿਆਂ ਨੂੰ ਆ ਗਏ ਲੋਕ ਔਰ ਉਥੇ ਫਿਰ ਕੱਲ ਕਾਨਫਰੰਸ ਹੁੰਦੀ ਆ ਬਿਲਕੁਲ ਉਸ ਕਾਨਫਰੰਸ ਪਹਿਲਾਂ ਤਾਂ ਕਹਿੰਦੇ ਸੀ ਪਈ ਅ ਅਰਕੇਸ਼ਤ ਕੈਥ ਵੀ ਆਉਣਗੇ ਪਰ ਕਿਸੇ ਵਜ੍ਹਾ ਕਰਕੇ ਉਹ ਨਹੀਂ ਆ ਸਕੇ ਪਰ ਉੱਥੇ ਡਾਕਟਰ ਦਰਸ਼ਨਪਾਲ ਹੋਰੀ ਬਲਬੀਰ ਸਿੰਘ ਰਾਜੇਵਾਲ ਹੋਰੀ ਉੱਥੇ ਪੰਮੀ ਬਾਈ ਉੱਥੇ ਬੱਬੂ ਮਾਨ ਹੋਰਾਂ ਵਰਗੇ ਕਲਾਕਾਰ ਆਏ ਸਾਰੇ ਆਏ ਤੇ ਪਹਿਲੀ ਗੱਲ ਤਾਂ ਬੱਬੂ ਮਾਨ ਨੇ ਇਹ ਸ਼ਰਤ ਰੱਖਤੀ ਸੀ ਵੀ ਜੇ ਤੁਸੀਂ ਨਾ ਬਖਰੇਵੇਂ ਨਹੀਂ ਤੁਹਾਡੇ ਹੋਣਗੇ ਤਾਂ ਮੈਂ ਫੇਰ ਆਉਣਾ ਹੈਗਾ ਪਰ ਲੋਕਾਂ ਨੇ ਉਹਨੂੰ ਉਹਨੂੰ ਨਟਕੇ ਅਮਤੋਜ ਮਾਨ ਵੀ ਆਏ ਹਾਂਜੀ ਔਰ ਬਹੁਤ ਪਰਮਾ ਇਕੱਠ ਬੇਮਸਾਲ ਇਕੱਠ ਹੋਇਆ ਦੁਆਬੇ ਨੂੰ ਸ਼ਹੀਦਾਂ ਦੀ ਧਰਤੀ ਕਿਹਾ ਜਾਂਦਾ ਗਦਰ ਲਹਿਰ ਬਾਬਰ ਅਕਾਲੀ ਲਹਿਰ ਇੱਥੇ ਬਹੁਤ ਹੋਈਆਂ ਔਰ ਕੱਲ ਜਿਹੜੀਆਂ ਜਿਹੜੀਆਂ ਮੋٹے ਤੌਰ ਤੇ ਗੱਲਾਂ ਦੇਖਣ ਚਾਹੀਆਂ ਵੀ ਪਹਿਲਾਂ ਤਾਂ ਨਾਬੇ ਮਜ਼ਦੂਰ ਜਿਹੜੇ ਆ ਉਹ ਕਾਨਫਰੰਸ ਕਰਦੇ ਆ ਸਮੁੱਚਾ ਪ੍ਰਬੰਧ ਮਜ਼ਦੂਰਾਂ ਦਾ ਪ੍ਰਬੰਧ ਸੀਗਾ ਨਾਬੇ ਬਿਲਕੁਲ ਕੱਲ ਵੀ ਉੱਥੇ ਮੁਖ ਦਲਿਤ ਆਗੂ ਔਰ ਖੱਬੀਆਂ ਧਿਰਾਂ ਔਰ ਜਿਹੜੇ ਸਾਧੂ ਸੰਪਰਦਾਏ ਦੇ ਲੋਕ ਆ ਉਹ ਵੀ ਕੱਲ ਸਟੇਜ ਤੇ ਬਰਾਜਮਾਨ ਸੀਗੇ ਉਹਨਾਂ ਦੇ ਮੁੱਖ-ਮੁੱਖ ਲੋਕ ਠੀਕ ਹੈ ਜੀ ਤੇ ਰਾਜੇਵਾਲ ਸਾਹਿਬ ਕਹਿੰਦੇ ਆ ਪਈ ਭਾਈ ਆ ਜਿਹੜੀ ਲੜਾਈ ਹੈ ਇਹ ਨੌਜਵਾਨਾਂ ਨੇ ਲੜਨੀ ਆ ਬਿਲਕੁਲ ਪਈ ਅਸੀਂ ਤਾਂ ਹੱਲਾਸ਼ੇਰੀ ਦੇ ਸਕਦੇ ਆ ਨੌਜਵਾਨਾਂ ਦੇ ਮੋਢਿਆਂ ਤੇ ਹੀ ਇਹ ਲੜਾਈ ਲੜੀ ਜਾਣੀ ਆ ਔਰ ਇਹ ਅੰਦੋਲਨ ਹੁਣ ਪੰਜਾਬ ਦੀ ਪੱਗ ਦਾ ਸਵਾਲ ਬਣ ਗਿਆ ਹੈਗਾ ਅਸਲ 'ਚ ਸੱਤੀ ਸਾਹਿਬ ਜਿਹੜਾ ਸਰਕਾਰੀ ਤੌਰ ਦੇ ਉੱਤੇ ਇੱਕ ਮਤਲਬ ਗੱਲਬਾਤਾਂ ਕੀਤੀਆਂ ਗਈਆਂ ਨਾ ਜੀ ਉਹਦੇ ਮਤਲਬ ਨੌਜਵਾਨਾਂ ਨੂੰ ਇਸ ਅੰਦੋਲਨ ਨਾਲੋਂ ਤੋੜਨ ਦੀ ਸਾਜ਼ਿਸ਼ ਹੋਈ ਹੈ ਬਿਲਕੁਲ ਜੀ ਆਪਾਂ ਦੇਖੀਏ ਤੇ ਆਪਣੇ ਪੰਜਾਬ ਦੇ ਵਿੱਚ ਨਾ ਇੱਕ ਇੱਕ ਕਹਿੰਦੇ ਹੁੰਦੇ ਸੀ ਕਿ ਜਿਹੜੇ ਸਾਡੇ ਬਜ਼ੁਰਗ ਆ ਨਾ ਉਹ ਸਾਡੀਆਂ ਲੱਤਾਂ ਨੇ ਜੀ ਤੇ ਜਵਾਨ ਸਾਡੀਆਂ ਬਾਹਾਂ ਨੇ ਉਹਨਾਂ ਦੇ ਐਕਸਪੀਰੀਅੰਸ ਨਾਲ ਅਸੀਂ ਚੱਲਣਾ ਤੇ ਜਵਾਨਾਂ ਨੇ ਕੰਮ ਕਰਨਾ ਬਿਲਕੁਲ ਸੋ ਉਸ ਚੀਜ਼ ਨੂੰ ਇਹਨਾਂ ਨੇ ਇਹਨਾਂ ਖੇਡਣ ਦੀ ਕੋਸ਼ਿਸ਼ ਹੋਈ ਬਿਲਕੁਲ ਪਰ ਜਿਹੜੀ ਕੱਲ ਦੀ ਰੈਲੀ ਕਹਿ ਲੋ ਕਾਨਫਰੰਸ ਕਹਿ ਲੋ ਤੇਜਪਾਲ ਜੀ ਜਿਹੜਾ ਇਹਦਾ ਸਭ ਤੋਂ ਵੱਡਾ ਹਾਂ ਪੱਖੀ ਪੱਖ ਸੀਗਾ ਸਕਾਰਾਤਮਕ ਪੱਖ ਸੀਗਾ ਵਿਚਾਰਾਂ ਤੇ ਚਲੋ ਜੋ ਮਰਜੀ ਹੋ ਜਾ ਬਿਲਕੁਲ ਵਿਚ ਕਿਤੇ ਆਏ ਵੀ ਮੰਗ ਰੱਖੀ ਪਈ ਜਿਹੜਾ ਕਿਸਾਨਾਂ ਨੂੰ ਚੋਣਾ ਲਾਣੀਆਂ ਚਾਹੀਦੀਆਂ ਆਗੂਆਂ ਨੂੰ ਪਈ ਸਰਕਾਰ ਹੀ ਆਪਣੀ ਬਣਾ ਲਓ ਡਾਕਟਰ ਦਰਸ਼ਨਪਾਲ ਹੋਰੀ ਕਹਿੰਦੇ ਇਹ ਵੇਲਾ ਜਿਹੜਾ ਸਿਆਸੀ ਪਾਰਟੀ ਬਣਾਉਣ ਦਾ ਨਹੀਂ ਇਹ ਵਿਲਾ ਪਹਿਲਾ ਤਿੰਨ ਜਿਹੜੇ ਕਾਲੇ ਖੇਤੀ ਕਾਨੂੰਨ ਨੇ ਉਹ ਰੱਦ ਕਰਵਾਉਣ ਦਾ ਬਿੱਲਾ ਹੈਗਾ ਪਰ ਜਿਹੜੀ ਮੈਂ ਸਭ ਤੋਂ ਵੱਡੀ ਗੱਲ ਕੱਲ ਦੀ ਰੈਲੀ ਦੀ ਕਰਨੀ ਚਾਹੁੰਦਾ ਉਹ ਇਹ ਆ ਕਿ 26 ਜਨਵਰੀ ਦੀਆਂ ਘਟਨਾਵਾਂ ਤੋਂ ਬਾਅਦ ਜਿਹੜੇ ਕੋਈ ਵਖਰੇਵੇਂ ਜਾਂ ਕੜਤਣ ਸਿਆਸੀ ਆਗੂਆਂ ਦੇ ਵਿੱਚ ਆਪਸੀ ਮਾੜਾ ਮੋਟਾ ਮਨਮਟਾਬ ਸੀਗਾ ਉਹ ਕੱਲ ਖਤਮ ਹੋ ਗਿਆ ਔਰ ਕੱਲ ਸਾਰਿਆਂ ਦੇ ਚਿਹਰਿਆਂ ਤੇ ਨੂਰ ਝਲਕਦਾ ਸੀਗਾ ਉਹ ਏਕੇ ਦਾ ਨੂਰ ਕਹਿ ਲਓ ਜਾਂ ਮੁੜ ਕੇ ਇੱਕ ਜੁਟਤਾ ਦਾ ਨੂਰ ਕਹਿ ਲਓ ਤੇ ਕੱਲ ਸਾਰੀਆਂ ਧਿਰਾਂ ਜਿਹੜੀਆਂ ਇਕੱਠੀਆਂ ਹੋ ਕੇ ਬੰਗਿਆਂ ਦੀ ਰੈਲੀ ਦੇ ਵਿੱਚ ਸ਼ਮੂਲੀਅਤ ਕੀਤੀ ਉਹਨਾਂ ਨੇ ਜੀ ਰਾਜੇਵਾਲ ਸਾਹਿਬ ਨੇ ਕੱਲ ਇੱਕ ਗੱਲ ਕਹੀ ਕਹਿੰਦੇ ਭਈ ਜਿਹੜੀ ਸਾਡੇ ਚ ਵਖਰੇਵੇਂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਭਈ ਆ ਕਾਮਰੇਡ ਆ ਸਿੱਖ ਆ ਫਲਾਨਾ ਹਾਂਜੀ ਉਹ ਕਹਿੰਦੇ ਬੇਸਿਕਲੀ 3700 ਬੰਦਾ ਬੀਜੇਪੀ ਦੇ ਆਈਟੀ ਸੈੱਲ ਦੇ ਵਿੱਚ ਕੰਮ ਕਰਦਾ ਹੈ। ਬਿਲਕੁਲ ਇਹ ਵੀ ਉਹਨਾਂ ਨੇ ਕਿਹਾ ਵੀ ਆਈਟੀ ਸੈੱਲ ਦੇ ਜਿਹੜੇ ਗੁੰਮਰਾਹਕੁਨ ਪ੍ਰਚਾਰ ਹੈ ਨਾ ਤੇ ਉਹਦੇ ਤੋਂ ਸੁਚੇਤ ਰਹਿਣ ਦੀ ਸਾਨੂੰ ਲੋੜ ਹੈ। ਆਪੇ ਕੋਈ ਸਲੱਖਣ ਸਿੰਘ ਬਣਿਆ ਪਈਆ ਕੋਈ ਸਤਨਾਮ ਸਿੰਘ ਕੋਈ ਮਨਜੀਤ ਸਿੰਘ ਉਹ ਸਰ ਝੂਠੇ ਨੇ। ਉਹ ਆਨਲਾਈਨ ਕਹਿੰਦੇ ਜਾ ਕੇ ਕਿਸਾਨ ਲੀਡਰਸ਼ਿਪ ਬਾਰੇ ਬੋਲਦੇ ਆ। ਜੀ ਕਿਉਂਕਿ ਇਹਨਾਂ ਨੂੰ ਸਰਕਾਰ ਨੂੰ ਬੇਸਿਕਲੀ ਕੋਈ ਜਵਾਬ ਨਹੀਂ ਆ ਰਿਹਾ ਜੋ ਇਹਨਾਂ ਕਿਸਾਨ ਲੀਡਰਾਂ ਨੇ ਉਹਨਾਂ ਨੂੰ ਸਵਾਲ ਉਹਨਾਂ ਦੇ ਅੱਗੇ ਰੱਖਤੇ ਨਾ ਉਹਨਾਂ ਨੂੰ ਕੋਈ ਜਵਾਬ ਨਹੀਂ ਆ ਰਿਹਾ ਤੇ ਹੁਣ ਉਹ ਇਹੋ ਜਿਹੇ ਹਤਕੰਡੇ ਕਹਿੰਦੇ ਅਪਣਾ ਰਹੇ ਆ ਤੋ ਇਹ ਤੁਹਾਨੂੰ ਸੁਚੇਤ ਹੋਣ ਦੀ ਲੋੜ ਹੈ ਬਿਨਾਂ ਸ਼ੱਕ ਪਾਜਪਾ ਦੇ ਆਈਟੀ ਸੈੱਲ ਤੋਂ ਬਚਣ ਦੀ ਲੋੜ ਐਸ ਵੇਲੇ ਲੋਕਾਂ ਨੂੰ ਕਿਸਾਨ ਆਗੂਆਂ ਨੂੰ ਕਿਸਾਨ ਦੇ ਨਾਲ ਜਿਹੜੇ ਮੋਢੇ ਨਾਲ ਮੋਢਾ ਜੋੜ ਕੇ ਸੰਘਰਸ਼ ਕਰ ਰਹੇ ਆ ਔਰਤਾਂ ਬੱਚੇ ਬਜ਼ੁਰਗ ਨੌਜਵਾਨ ਇਹਨਾਂ ਸਾਰਿਆਂ ਨੂੰ ਸੁਚੇਤ ਰਹਿਣ ਦੀ ਤੇ ਆਮ ਬੁੱਧੀਜੀਵੀਆਂ ਨੂੰ ਵੀ ਕਿਉਂਕਿ ਜਿਹੜਾ ਪਰਮਾਉ ਪ੍ਰਚਾਰ ਆ ਨਾ ਜਿਵੇਂ ਆਪਾਂ ਉਹ ਲੇਲੇ ਵਾਲੀ ਗੱਲ ਕਰਦੇ ਹੁੰਦੇ ਆ ਤੇ ਉਹ ਠੱਗ ਟੋਲਾ ਇਕੱਠਾ ਵਜਿੰਦਾ ਉਹ ਮੋੜਾਂ ਤੇ ਖਲੋ ਕੇ ਕਹਿੰਦੇ ਯਾਰ ਲੇਲਾ ਚੁੱਕੀ ਫਿਰਦਾ ਹੈਗਾ ਹਨਾ ਜਾਂ ਕੀ ਚੁੱਕੀ ਫਿਰਦਾ ਉਹ ਬੰਦੇ ਨੂੰ ਲੱਗਦਾ ਵੀ ਯਾਰ ਸਾਰੇ ਹੀ ਕਹਿ ਰਹੇ ਉਹ ਵਗਾ ਕੇ ਮਾਰਦਾ ਠੱਗ ਮੁੜ ਕੇ ਚੁੱਕੇ ਲੈ ਜਾਂਦੇ ਨੇ ਮੇਰਾ ਕਹਿਣ ਦਾ ਭਾਵ ਆ ਭਈ ਜਿਸ ਤਰ੍ਹਾਂ ਦਾ ਭਰਮ ਪੈਦਾ ਕੀਤਾ ਜਾਂਦਾ ਨਾ ਉਹ ਕਈ ਵਾਰੀ ਸਾਰੇ ਲੋਕ ਉਹਨੇ ਦਿਮਾਗੀ ਤੌਰ ਤੇ ਚੇਤਨ ਨਹੀਂ ਹੁੰਦੇ ਉਹ ਉਹ ਵਿਸ਼ਲੇਸ਼ਣ ਨਹੀਂ ਕਰ ਸਕਦੇ ਹੁੰਦੇ ਉਹ ਚੀਜ਼ਾਂ ਨੂੰ ਇੱਕ ਦੂਸਰੀ ਤੋਂ ਨਿਖੇੜ ਕੇ ਨਹੀਂ ਦੇਖ ਸਕਦੇ ਹੁੰਦੇ ਇਸ ਕਰਕੇ ਭਾਜਪਾ ਦੇ ਆਈਟੀ ਸੈੱਲ ਦੇ ਕੂੜ ਪ੍ਰਚਾਰ ਤੋਂ ਉਹਨਾਂ ਨੇ ਸੱਦਾ ਦਿੱਤਾ ਅ ਰਜੇਵਾਲ ਸਾਹਿਬ ਨੇ ਕਿ ਉਹਨਾਂ ਦੇ ਕੂੜ ਤੇ ਗੁੰਮਰਾਹਕੁੰਨ ਪ੍ਰਚਾਰ ਤੋਂ ਬਚਣ ਦੀ ਲੋੜ ਹੈਗੀ ਆ ਜੀ ਡੈਡਲੌਕ ਪੈਦਾ ਹੋ ਚੁੱਕਾ ਹੈ ਸੰਘਰਸ਼ ਦਾ ਜੀ ਤਕੈਤ ਸਾਹਿਬ ਦਾ ਬਿਆਨ ਆਉਂਦਾ ਹੈ ਪਹਿਲਾਂ ਉਹਨੇ 40 ਲੱਖ ਟਰੈਕਟਰਾਂ ਵਾਲੀ ਗੱਲ ਕੀਤੀ ਸੀ ਹੁਣ ਉਹਨਾਂ ਨੇ ਕਈ ਵਾਰੀ ਇਹ ਗੱਲ ਕਹਿ ਚੁੱਕੇ ਆ ਕਹਿੰਦੇ ਦਿੱਲੀ ਦੇ ਬੈਰੀਕੇਡ ਫੇਰ ਤੋੜਨੇ ਪੈਣਗੇ ਜੀ ਉਹ ਕਹਿੰਦੇ ਲੱਗਦਾ ਮੁੜ ਕੇ ਦਿੱਲੀ ਦੇ ਵਿੱਚ ਸ਼ਾਮਲ ਹੋਣਾ ਪੈਣਾ ਆ ਦੇਖੋ ਇਹਨਾਂ ਦੀ ਨਾ ਸਰਕਾਰ ਕਿੰਨੀ ਸ਼ਤਾਨ ਹੈ ਭਈ ਸਾਡੇ ਹਾਕਮ ਕਿੰਨੇ ਸ਼ਤਾਨ ਨੇ ਭਈ ਉਹ ਪਹਿਲਾਂ ਜੋ ਅੰਗਰੇਜ਼ਾਂ ਦੀ ਨੀਤੀ ਸੀ ਡਿਵਾਈਡ ਐਂਡ ਰੂਲ ਭਈ ਲੋਕਾਂ ਨੂੰ ਇੱਕ ਦੂਸਰੇ ਨਾਲ ਲੜਾਓ ਧਰਮ ਦੇ ਨਾਂ ਤੇ ਲੜਾਓ ਜਾਤ ਪਾਤ ਦੇ ਨਾਂ ਤੇ ਲੜਾਓ ਜਾਤਾ ਪਾਤਾ ਖਤਮ ਕਰਨ ਦੀ بجائے ਉਹਨਾਂ ਨੇ ਉਹਨਾਂ ਨੂੰ ਉਤਸ਼ਾਹਿਤ ਕੀਤਾ ਬਿਲਕੁਲ ਮਸਲਨ ਫੌਜ ਦੇ ਵਿੱਚ ਇੱਕ ਸਿੱਖ ਲਾਈਆ ਇੱਕ ਸਿੱਖ ਰিজਮੈਂਟ ਆ ਸਿੱਖ ਲਾਈ ਕਿਹਨਾਂ ਦੀ ਆ ਉਹ ਦਲਿਤ ਲੋਕ ਨੇ ਜਿਹੜੇ ਬੈਕਵਾਰਡ ਕਲਾਸਸ ਦੇ ਲੋਕ ਐ ਐਸ.ਸੀ.ਬੀ.ਸੀ ਦੇ ਸਿੱਖ ਕਿਹੜੇ ਆ ਪਿਓਰ ਜੱਟਾਂ ਦੀ ਹੈਨਾ ਸੋ ਇਸ ਤਰ੍ਹਾਂ ਦੀਆਂ ਜਮਾਤਾਂ ਖੜੀਆਂ ਕੀਤੀਆਂ ਅੱਜ ਭਾਜਪਾ ਖਾਸ ਕਰਕੇ ਤੇ ਬਾਕੀ ਪਾਰਟੀਆਂ ਵੀ ਆਮ ਕਰਕੇ ਉਹ ਸਾਰੇ ਲੋਕਾਂ ਨੂੰ ਉਸੇ ਡਿਵਾਈਡ ਐਂਡ ਰੂਲ ਦੀ ਪਾਲਿਸੀ ਤੇ ਤੋੜ ਰਹੇ ਨੇ ਠੀਕ ਆ ਉਸੇ ਤਰ੍ਹਾਂ ਰਾਜ ਕਰ ਰਹੇ ਆ ਤਕੈਤ ਸਾਹਿਬ ਨੂੰ ਵਿੱਚੇ ਹੀ ਜਿਆਦਾ ਵੱਡਾ ਲੀਡਰ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਠੀਕ ਆ ਉਹ ਕਹਿੰਦੇ ਭਾਈ ਵੀ ਮੇਰੀਆਂ ਤਾਂ ਬਾਹਾਂ ਨਹੀਂ ਰਾਜੇਵਾਲ ਸਾਹਿਬ ਹੋਏ ਉਗਰਾਹਾਂ ਸਾਹਿਬ ਹੋਏ ਤੇ ਉਹ ਹੀ ਸਾਡੇ ਆਗੂ ਆ ਤੇ ਮੈਂ ਤਾਂ ਉਹਨਾਂ ਨੂੰ ਫੋਲੋ ਕਰ ਰਿਹਾ ਹਾਂ ਹੁਣ ਅੱਜ ਉਹ ਗੱਜਦੇ ਆ ਦੇਸ਼ ਦੇ ਵੱਖ-ਵੱਖ ਖੁੰਝਾਂ ਸਾਂ ਜਾ ਕੇ ਕੱਲ ਪਰਸੋਂ ਉਹ ਕਰਨਾਟਕ ਆ ਸੀ ਕਹਿੰਦੇ ਬੰਗਲੌਰ ਨੂੰ ਘੇਰੋ ਕਰੈਕਟਰ ਦੇ ਨਾਲ ਅੰਦੋਲਨ ਦਾ ਕੇਂਦਰੀ ਹੋਈ ਬਹੁਤ ਵੱਡੀ ਰੈਲੀ ਹੋਈ ਆ ਔਰ ਇਹ ਜਿਹੜੇ ਉਹਨਾਂ ਦੇ ਹੁਣ ਬਿਆਨ ਆ ਰਹੇ ਨੇ ਪਈ ਦਿੱਲੀ ਮੁੜ ਕੇ ਘੇਰਨੀ ਪੈਣੀ ਆ ਦੇਖੋ ਕਿਸਾਨ ਅੰਦੋਲਨ ਮੱਠਾ ਨਹੀਂ ਪਿਆ ਜਿਸ ਤਰ੍ਹਾਂ ਦਾ ਪ੍ਰਚਾਰ ਕੀਤਾ ਜਾ ਰਿਹਾ ਅ ਅੱਜ ਵੀ ਲੋਕ ਉੱਥੇ ਬਰੂਹਾ ਮਾਲਕੇ ਬੈਠੇ ਆ ਕੱਲ ਹਰਿਆਣੇ ਚ ਕਿੱਡਾ ਵੱਡਾ ਕਾਫਲਾ ਨੌਜਵਾਨਾਂ ਦਾ ਗਿਆ ਔਰ ਉਹਨਾਂ ਨੇ ਕਿਹਾ ਵੀ ਅਸੀਂ ਭਗਤ ਸਿੰਘ ਦੀ ਸੋਚ ਤੇ ਪੈਰਾ ਦਿੰਦੇ ਆ ਤੇ ਕਿਸਾਨ ਅੰਦੋਲਨ ਦੀ ਹਮਾਇਤ ਕਰਦੇ ਆ ਉਦੇ ਵਿੱਚ ਆਮ ਨੌਜਵਾਨਾਂ ਤੋਂ ਲੈ ਕੇ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਜਾਟ ਨੇ ਚਾਹੇ ਹੋ ਬਾਂਗਰੂ ਨੇ ਉਹ ਸਾਰੇ ਕਿਸਮ ਦੇ ਮਤਲਬ ਜਾਤਾਂ ਪਾਤਾਂ ਦੇ ਪਾੜੇ ਮਿਟਾ ਕੇ ਉਹ ਨੌਜਵਾਨ ਕੱਲ ਦਿੱਲੀ ਦੇ ਬਾਰਡਰ ਤੇ ਸ਼ਾਮਿਲ ਹੋਏ ਦਿੱਲੀ ਤੋਂ ਤੇ ਦੇਸ਼ ਦੇ ਹੋਰ ਵੱਖ-ਵੱਖ ਥਾਵਾਂ ਤੋਂ ਜਿਹੜੇ ਨੌਜਵਾਨਾਂ ਉਹਨਾਂ ਨੇ ਉੱਥੇ ਨਾਟਕ ਭਾਸ਼ਣ ਕਈ ਕੁਝ ਜਿਹੜਾ ਆ ਦਿੱਲੀ ਸਿੰਘੂ ਟਿਕਰੀ ਤੇ ਗਾਜ਼ੀਪੁਰ ਬਾਰਡਰ ਤੇ ਹੋਇਆ ਹੈਗਾ ਤੇ ਇਸ ਕਰਕੇ ਜਿਹੜਾ ਉਹਨਾਂ ਦਾ ਬਿਆਨ ਆਉਣਾ ਪਈ ਦਿੱਲੀ ਮੁੜ ਕੇ ਘੇਰਨੀ ਪੈਣੀ ਆ ਸ਼ਾਇਦ ਆਉਣ ਵਾਲੇ ਦਿਨਾਂ 'ਚ ਇਸ ਤਰ੍ਹਾਂ ਦਾ ਕੋਈ ਸੁਨੇਹਾ ਫੇਰ ਜਿਹੜਾ ਆ ਉਹ ਮਿਹਨਤ ਕਸ਼ਟ ਧਿਰਾਂ ਨੂੰ ਹੋਵੇ ਪਈ ਚਲੋ ਭਾਈ ਦਿੱਲੀ ਸੁਪਨੇ ਦੇਖਣ ਦਾ ਕੋਈ ਮੁੱਲ ਨਹੀਂ ਹੁੰਦਾ ਸੁਪਨੇ ਦੇਖਣ ਨੂੰ ਕੋਈ ਜ਼ਿਆਦਾ ਆਪਾਂ ਨੂੰ ਮਿਹਨਤ ਨਹੀਂ ਕਰਨੀ ਪੈਂਦੀ ਸੁਪਨੇ ਆ ਜਾਂਦੇ ਨੇ ਜੀ ਜਾਂ ਅਸੀਂ ਜਾਣ ਬੁੱਝ ਕੇ ਕੋਈ ਸੁਪਨੇ ਸਜਾ ਲੈਂਦੇ ਆ ਬਲਕਿ ਸੁਪਨੇ ਦੇਖਣ ਤੇ ਕੋਈ پابੰਦੀ ਵੀ ਨਹੀਂ ਜੀ ਅਕਾਲੀ ਨਾਲ ਬਦਲ ਜੀ ਉਹਨਾਂ ਨੂੰ ਇਦਾਂ ਹੀ ਲੱਗਦਾ ਸੀਗਾ ਵੀ ਇਹ ਉੱਤਰ ਕਾਟੋ ਮੈਚੜਾ ਵਾਲੀ ਜਿਹੜੀ ਸਿਚੁਏਸ਼ਨ ਹੈ ਬਣੀ ਰਹਿਣੀ ਹੈ ਜੀ ਭਈ ਐਦਕੀ ਕੈਪਟਨ ਸਾਹਿਬ ਆ ਗਿਆ 2017 ਜੀ 2022 ਆ 22 ਫੇਰ ਅਸੀਂ ਆ ਜਾਾਂਗੇ ਹੁਣ ਆਮ ਆਦਮੀ ਪਾਰਟੀ ਹਾਂ ਨਾ ਉਹ ਕੋਕੜੂ ਐਦਾਲਤ ਜੀ 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 ਇਹਨਾਂ ਦੇ ਦੰਦ ਥੱਲੇ ਜਦੋਂ ਉਹ ਹੁੰਦਾ ਹੈ ਇਹਨਾਂ ਦਾ ਦੰਦ ਦੁਖਣ ਲੱਗ ਪੈਂਦਾ ਬਿਲਕੁਲ ਟੁੱਟ ਵੀ ਟੁੱਟਣ ਵਾਲੀ ਵੀ ਟੁੱਟ ਵੀ ਸਕਦਾ ਹੈ ਹਾਂਜੀ ਇਹਨਾਂ ਨੇ ਹੁਣ ਭਗਵੰਤ ਮਾਨ ਨੂੰ ਕਿਹਾ ਵੀ ਇਹਨੇ 4 ਕਰੋੜ ਲੈ ਕੇ ਤੇ ਉਹਦੀ ਸੰਸਦਿਕ ਕਮੇਟੀ ਦੇ ਵਿੱਚ ਉਹ ਕਾਨੂੰਨ ਸੀਗਾ ਜ਼ਰੂਰੀ ਵਸਤਾਂ ਵਾਲਾ ਜਿਹਦੇ ਹੱਕ 'ਚ ਵੋਟ ਪਾਈ ਆ ਤੇ ਭਗਵੰਤ ਮਾਨ ਹੁਣੀ ਉਲਟਾ ਇਹਨਾਂ ਤੇ ਪੈ ਗਿਆ ਗੱਲ ਐ ਹੋ ਆ ਪਈ ਜਿਹੜੀ ਬਾਗਾ ਪ੍ਰਾਣਾ ਰੈਲੀ ਹੋ ਕੇ ਹਟਿਆ ਨਾ ਤਾਜੀ ਤਾਜੀ ਜੀ ਜੀ ਆਪ ਦੀ ਉਸ ਰੈਲੀ ਤੋਂ ਜਿਹੜੀਆਂ ਸਿਆਸੀ ਤੇ ਰਾਆਂ ਆ ਆਪ ਨੂੰ ਛੱਡ ਕੇ ਉਹ ਬਹੁਤ ਮੁਖੜਾਈਆਂ ਹੋਈਆਂ ਮੁੱਖ ਤੌਰ ਤੇ ਕਾਂਗਰਸ ਤੇ ਅਕਾਲੀ ਦਲ ਦੇਖੋ ਕਿਸੇ ਨੂੰ ਬਦਨਾਮ ਕਰਨਾ ਨਾ ਬੜਾ ਸੌਖਾ ਹੁੰਦਾ ਜੋ ਮਰਜੀ ਤੁਸੀਂ ਕਹਿ ਦੋ ਜੋ ਮਰਜੀ ਹੂਲ ਜਰੂਲ ਬੋਲੋ ਪਈ ਅਗਲਾ ਆਪੇ ਹੀ ਉਹਨੂੰ ਸਿੱਧ ਕਰਦਾ ਰਹੇ ਪਈ ਮੈਂ ਸੱਚਾ ਆ ਜਾਂ ਮੈਂ ਝੂਠਾ ਝੂਠਾ ਆ ਬਿਲਕੁਲ ਹੁਣ ਤੁਸੀਂ ਦੇਖੋ ਵੀ ਭਗਵੰਤ ਮਾਨ ਤੇ ਜਿਹੜੇ ਦੋਸ਼ ਲੱਗਦੇ ਨੇ 4 ਕਰੋੜ ਦੇ ਪੀ ਉਹ ਇਦਾਂ ਕੀਤਾ ਜਾਂ ਉਹਨਾਂ ਨੇ ਹੱਕ ਚ ਬੋਲੇ ਨੇ ਬਿਲਕੁਲ ਐ ਸੰਸਥੀ ਕਮੇਟੀ ਵਾਲਾ ਜਿਹੜੀ ਗੱਲ ਕਰਦੇ ਨੇ ਉਹਨਾਂ ਨੇ ਤਾਂ ਰੈਲੀ ਜਿਹੜਾ ਪ੍ਰੈਸ ਕਾਨਫਰੰਸ ਕਰਕੇ ਦੱਸ ਦਿੱਤਾ ਜਿਹੜੀ ਆਡੀਓ ਕਲਿੱਪ ਆਪਣੀ ਜਾਰੀ ਕਰਦੀ ਜਿਹੜੀ ਉਹ ਵਾਇਰਲ ਕਰ ਦਿੱਤੀ ਜਾਰੀ ਕਰ ਦਿੱਤੀ ਮੀਟਿੰਗ ਚ ਮੈਂ ਕੀ ਕਹਿ ਕੇ ਆ ਮੀਟਿੰਗ ਦੇ ਜਿਹੜੇ ਮਿਨਿਟਸ ਨੇ ਉਹ ਜਾਰੀ ਕਰ ਦਿੱਤੇ ਆ ਬਿਲਕੁਲ ਹੁਣ ਉਹਨਾਂ ਨੇ ਇਹਨਾਂ ਨੂੰ ਵੰਗਾ ਰਿਆ ਜੇ ਇਹ ਸੱਚੇ ਹੋਣ ਤੇ ਕੈਪਟਨ ਅਮਰਿੰਦਰ ਸਿੰਘ ਹੁਣੀ ਉਹਦੇ ਵਿੱਚ ਕੀ ਬੋਲਿਆ ਤੇ ਬੀਬੀ ਹਰਸਿਮਰਤ ਕੌਰ ਹੁਣੀ ਕੀ ਬੋਲਿਆ ਫਿਰ ਇਹ ਵੀ ਆਪਣਾ ਜੋ ਵੀ ਮਿੰਟਸ ਨੇ ਮੀਟਿੰਗ ਦੇ ਉਹ ਲੋਕਾਂ ਨੂੰ ਦੱਸਣ ਜਿੱਦਣੇ ਕਿਸਾਨੀ ਕਾਨੂੰਨ ਬਣਿਆ ਜਿੱਦਣੇ ਕਿਸਾਨੀ ਕਾਨੂੰਨ ਬਣਦੇ ਨੇ ਸੰਸਦਿਕ ਕਮੇਟੀ ਚ ਕੀ ਬੋਲੇ ਨੇ ਠੀਕ ਹੈ ਤੇ ਇਹਨਾਂ ਨੇ ਕਿੰਨਾ ਕੁ ਵਿਰੋਧ ਕੀਤਾ ਉਹ ਕਹਿੰਦਾ ਬੀਬੀ ਹਰਸਿਮਰਤ ਕੌਰ ਤਾਂ ਕੱਲ ਤੱਕ ਇਹਨਾਂ ਕਾਨੂੰਨਾਂ ਦੇ ਗੋਗੇ ਗਾਉਂਦੀ ਰਹੀ ਆ ਬਿਲਕੁਲ ਬਿਲਕੁਲ ਪ੍ਰਕਾਸ਼ ਸਿੰਘ ਬਾਦਲ ਗੋਗੇ ਗਾਉਂਦੇ ਰਹੇ ਨੇ ਅਕਾਲੀ ਲੀਡਰ ਗੋਗੇ ਗੌਂਦਾਰੇ ਸਮੇਤ ਸੁਖਬੀਰ ਬਾਦਲ ਦੇ ਜੀ 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 ਭਾਈ ਉਹ ਤਾਂ ਇਹਨਾਂ ਨੇ ਜਦੋਂ ਦੇਖਿਆ ਵੀ ਹੁਣ ਤਾਂ ਭਾਈ ਸਾਡੀ ਸਿਆਸੀ ਜ਼ਮੀਨ ਹੀ ਪੈਰਾਂ ਹੇਠ ਖਸ ਰਹੀ ਆ ਫੇਰ ਇਹਨਾਂ ਨੂੰ ਚੇਤਾ ਆਇਆ ਅਸਤੀਫਾ ਦੇਣ ਦਾ ਤੇ ਕਾਨੂੰਨਾਂ ਦੇ ਵਿਰੁੱਧ ਬੋਲਣ ਦਾ ਜੀ ਦੇਖੋ ਇਸ ਵੇਲੇ ਕਿਸੇ ਸਿਆਸੀ ਪਾਰਟੀ ਕੋਲ ਪੰਜਾਬ ਦੇ ਵਿੱਚ ਪੈਰਾਂ ਹੇਠ ਜ਼ਮੀਨ ਹੈ ਨਹੀਂ ਹੈ ਜੀ ਭਾਜਪਾ ਤਾਂ ਬਿਲਕੁਲ ਹੀ ਹਾਸ਼ੀਏ ਤੇ ਚਲ ਗਈ ਆ ਕਾਂਗਰਸ ਅਕਾਲੀ ਦਰ ਦੇ ਲੀਡਰਾਂ ਨੂੰ ਲੋਕਾਂ ਨੇ ਮੂੰਹ ਨਹੀਂ ਲਾਇਆ ਨਿਤ ਦਿਨ ਭਾਜਪਾ ਦੇ ਲੀਡਰਾਂ ਦਾ ਜਿਹੜਾ ਵਿਰੋਧ ਹੋ ਰਿਹਾ ਪੰਜਾਬ ਦੇ ਵਿੱਚ ਘਰੋਂ ਨਿਕਲਣਾ ਇੱਕ ਤਰ੍ਹਾਂ ਨਾਲ ਔਖਾ ਹੋਇਆ ਪਿਆ ਹੁਣ ਜੇ ਸੱਚੇ ਨੇ ਕੈਪਟਨ ਅਮਰਿੰਦਰ ਸਿੰਘ ਔਰੀ ਤੇ ਬੀਬੀ ਹਰਸਿਮਰਤ कौर ਬਾਦਲ ਤੇ ਆਪਣੇ ਮਿੰਟਸ ਜਿਹੜੇ ਨੇ ਮੀਟਿੰਗ ਦੇ ਜਾਂ ਜੋ ਇਹਨਾਂ ਨੇ ਮੀਟਿੰਗ ਚ ਕਿਹਾ ਉਹ ਵੀ ਜਾਣੀ ਦੂਸਰੀ ਗੱਲ ਦੇਖੋ ਐਸ ਵੇਲੇ ਪੰਜਾਬ ਦੇ ਲੋਕਾਂ ਨੂੰ ਲੱਗਦਾ ਸੀ ਭਈ ਆਪ ਸਾਡੇ ਕੋਲ ਇੱਕ ਬਦਲਾ ਪਿਛਲੀਆਂ ਚੋਣਾਂ ਚ ਪਰ ਉਹ ਕਈ ਵਾਰੀ ਭਰਮ ਪਲੇਖੇ ਖੜੇ ਕੀਤੇ ਜਾਂਦੇ ਆ ਦੂਸਰਾ ਕਾਂਗਰਸ ਤੇ ਅਕਾਲੀ ਦਲ ਨੇ ਮਿਲ ਕੇ ਦੋਵਾਂ ਨੇ ਅੰਦਰ ਖਾਤੇ ਪੂਰਾ ਤਾਨ ਲਾਇਆ ਭਈ ਭਾਈ ਐਦਕੀ ਤੁਸੀਂ ਬਣ ਜਾਓ ਅਗਲੀ ਵਾਰੀ ਅਸੀਂ ਦੇਖ ਲਵਾਂਗੇ ਪਰ ਘੱਟੋ ਘੱਟ ਆਪ ਨਾ ਆਵੇ ਬਿਲਕੁਲ ਕੇਜਰੀਵਾਲ ਸਾਹਿਬ ਕਹਿ ਕੇ ਗਏ ਆ ਭਈ ਇੱਥੇ ਪੰਜਾਬ ਚ ਵੀ ਉਹੀ ਮਾਡਲ ਦਿੱਲੀ ਵਾਲਾ ਲਾਗੂ ਕਰਾਂਗੇ ਬਥੇਰਾ ਚਿਰ ਇਹਨਾਂ ਲੋਕਾਂ ਨੇ 70 72 ਸਾਲ ਰਾਜ ਕਰ ਲਿਆ ਬੜਾ ਲੋਕਾਂ ਨੂੰ ਬੇਕੂਫ ਬਣਾ ਲਿਆ ਕਾਂਗਰਸ ਨੇ ਵੀ ਪਹਿਲਾਂ ਗਰੀਬੀ ਹਟਾਓ ਦੇ ਨਾਰੇ ਲਾਏ ਬੇਰੋਜ਼ਗਾਰੀ ਹਟਾਓ ਦੇ ਨਾਰੇ ਲਾਏ ਦਲਤਾਂ ਦਾ ਖਾਸ ਕਰਕੇ ਸ਼ੋਸ਼ਣ ਕੀਤਾ ਜੀ ਜੀ ਦੁਆਬੇ ਜੀ ਤੁਸੀਂ ਦੇਖ ਲਓ ਕਿ ਇੱਕ ਵੱਡਾ ਘਾਰ ਆ ਕਦੀ ਉਹ ਹੀ ਮੰਤਰੀ ਬਣ ਰਹੇ ਆ ਉਹ ਹੀ ਐਮਪੀ ਬਣ ਰਹੇ ਗਾਂ ਹੁਣ ਉਹਨਾਂ ਦੇ ਬੱਚੇ ਐਮਐਲਏ ਮੰਤਰੀ ਬਣ ਰਹੇ ਆ ਦਲਤਾਂ ਦਾ ਕੀ ਸਵਾਰਿਆ ਇੱਕ ਹੋਰ ਪੜਿਆ ਲਿਖਿਆ ਮਤਲਬ ਆਗੂ ਸੀ ਦਲਤਾਂ ਦਾ ਉਹ ਅਕਾਲੀ ਦਲ ਚੜ ਲ ਗਿਆ ਉਹਨਾਂ ਦੇ ਮਤਲਬ ਰਾਤ ਸੁੱਖ ਮੰਨ ਰਿਹਾ ਹੈ ਇਸ ਵੇਲੇ ਜੀ ਜੀ ਠੀਕ ਹੈ ਸੁਖਣਾੜ ਇਹ ਜਲੰਧਰ ਦੇ ਸਾਰੇ ਲੋਕ ਸਕੇ ਲੋਕ ਜਲੰਧਰ ਦੇ ਸੋ ਅਕਾਲੀਆਂ ਨੇ ਵੀ ਅ ਦਲਤਾਂ ਦੇ ਵਿੰਗ ਬਖਰੇ ਬੈਕਵਰਡ ਕਲਾਸਾਂ ਦੇ ਬਖਰੇ ਇਸ ਕਰਕੇ ਇਹ ਸਾਰੀਆਂ ਤਰ੍ਹਾਂ ਆਪ ਦੇ ਖਿਲਾਫ ਇਕਜੁੱਟ ਅੰਦਰ ਖਾਤੇ ਹੋਈਆਂ ਪਈਆਂ ਠੀਕ ਹੈ ਆ ਬਾਹਰ ਇਹਨਾਂ ਦਾ ਜਿਹੜਾ ਸ਼ੋਕੇਸ ਹੋਰ ਹੈਗਾ ਅੰਦਰ ਸਮਾਨ ਇਹਨਾਂ ਕੋਲ ਕੁਝ ਹੋਰ ਪਿਆ ਹੈਗਾ ਸੋ ਇਸ ਕਰਕੇ ਭਗਵੰਤ ਮਾਨ ਦੀਆਂ ਜਿਹੜੀਆਂ ਖਰੀਆਂ ਖਰੀਆਂ ਗੱਲਾਂ ਉਹ ਤਾਂ ਪਾਰਲੀਮੈਂਟ 'ਚ ਵੀ ਗੱਜਦੇ ਪਹਿਲੇ ਦਿਨ ਤੋਂ ਹੀ ਗੱਜ ਰਹੇ ਨੇ ਠੀਕ ਹੈ ਸੋ ਇਸ ਕਰਕੇ ਇਹਨਾਂ ਦਾ ਜਿਹੜਾ ਇਸ ਤਰ੍ਹਾਂ ਦਾ ਪ੍ਰਚਾਰ ਆ ਜੇ ਸੱਚੇ ਹੋਣ ਜਾਂ ਜੇ ਇਹਨਾਂ ਕੋਲ ਕੋਈ ਕਰਨ ਵਾਲੀ ਗੱਲ ਹੋਵੇ ਤਾਂ ਲੋਕਾਂ ਸਾਹਮਣੇ ਹੁਣ ਰੱਖਣ ਜਿਵੇਂ ਉਹਨਾਂ ਨੇ ਕੱਲ ਭਗਵੰਤ ਮਾਨ ਹੋਰਾਂ ਨੇ ਰੱਖੀ ਹੈ ਰੱਖੀ ਠੀਕ ਹੈ ਨਾ ਹਾਂ ਅੱਛਾ ਟੋਲ ਪਲਾਜ਼ਾ ਦੀ ਕੋਈ ਖਬਰ ਆਈ ਆ ਵੀ 500 ਕਰੋੜ ਰੁਪਈਆ ਬਚ ਗਿਆ ਕਹਿੰਦੇ ਜਿਹੜੀ ਨੈਸ਼ਨਲ ਹਾਈਵੇ ਥਾਟੀਆ ਐਨ ਐਚ ਏ ਉਹਨਾਂ ਨੇ ਕੱਲ ਇੱਕ ਰਿਪੋਰਟ ਜਾਰੀ ਕੀਤੀ ਆ ਜਿਹੜਾ ਪਿਛਲਾ ਆਪਣਾ ਚਾਰਜ ਉਹਨਾਂ ਦੀ ਬੈਲੈਂਸ ਸ਼ੀਟ ਕਹਿ ਲੋ ਜਾਂ ਜੋ ਵੀ ਆ ਜੀ ਜੀ ਉਹ ਚ ਕਹਿੰਦੇ ਵੀ ਪੰਜਾਬ ਦੇ ਨਾਕਿਆਂ ਤੋਂ ਜਿਹੜੀ ਆਮਦਨ ਹੁੰਦੀ ਸੀ ਉਹ 500 ਕਰੋੜ ਰੁਪਏ ਦਾ ਘਾਟਾ ਪੈ ਗਿਆ ਜਿੱਦਣ ਤੋਂ ਕਿਸਾਨ ਅੰਦੋਲਨ ਸ਼ੁਰੂ ਹੋਇਆ ਤੁਸੀਂ ਦੇਖੋ 500 ਕਰੋੜ ਦਾ ਮਤਲਬ ਆ 5 ਅਰ ਰੁਪਈਆ ਕਿੱਥੋਂ ਜਾਣਾ ਸੀ ਪੰਜਾਬੀਆਂ ਦੀ ਚੀਜ਼ ਹੋ ਜਾਣਾ ਸੀ ਜੀ ਬਿਲਕੁਲ ਲੁਧਿਆਣੇ ਜਿਹੜਾ ਲੋਡੂਵਾਲ ਵਾਲਾ ਟੋਲ ਪਲਾਜ਼ਾ ਆ ਉਹ ਕਾਰਪੋਰੇਟ ਲੁੱਟ ਦਾ ਇੱਕ ਤਰ੍ਹਾਂ ਨਾਲ ਪ੍ਰਤੀਕ ਆ ਬਿਲਕੁਲ ਨੈਸ਼ਨਲ ਹਾਈਵੇ ਥਾਰਟੀ ਕਹਿੰਦਾ ਦਿਆ ਜਿਨ੍ਹਾਂ ਦਾ ਜੀਟੀਵੀ ਆ ਠੀਕ ਐ ਅ ਪ੍ਰੇਮ ਸਿੰਘ ਚੰਦੂ ਮਾਦਰਾ ਕੋਲ ਠੇਕੇ ਨੇ ਨੈਸ਼ਨਲ ਹਾਈਵੇ ਥਾਰਟੀ ਦੇ ਸੜਕਾਂ ਦੇ ਸੋ ਆਮ ਲੋਕਾਂ ਨੂੰ ਤਾਂ ਪਤਾ ਹੀ ਨਹੀਂ ਲੱਗਦਾ ਵੀ ਇਹ ਕਿਦਾਂ ਸਾਨੂੰ ਦੋਹੀ ਹੱਥੀ ਲੁੱਟ ਰਹੇ ਨੇ ਉਹੀ ਕਾਲੇ ਅੰਗਰੇਜ਼ ਵਾਲੀ ਗੱਲ ਆ ਸਰਪادار ਬਣ ਕੇ ਹੁਣ ਇਹ ਕਾਲੇ ਅੰਗਰੇਜ਼ ਨੇ ਸੋ ਇੱਕ ਬੋਲਟ ਐਕਟ ਬਣਿਆ ਸੀ ਬਿਲਟ ਆਪਰੇਟ ਲੀਜ਼ ਐਂਡ ਟ੍ਰਾਂਸਫਰ ਲੀਜ਼ ਆਰ ਟ੍ਰਾਂਸਫਰ ਭਈ ਬਣਾਓ ਉਹਨੂੰ ਆਪਰੇਟ ਕਰੋ ਚਾਹੇ ਉਹ ਗਾਂ ਲੀਜ਼ ਤੇ ਦੇਵੋ ਤੇ ਚਾਹੇ ਤਬਾਦਲਾ ਕਰ ਦਿਓ ਕਿਸੇ ਹੋਰ ਨੂੰ ਠੀਕ ਹੈ ਸੋ ਉਹ ਬੋਲ ਟੈਕਟ ਦੇ ਤਹਿਤ ਵੀ ਕੋਈ ਲਿਮਿਟੇਸ਼ਨਸ ਹੋਣੀਆਂ ਚਾਹੀਦੀਆਂ ਵੀ ਬਈ ਠੀਕ ਆ ਸੜਕ ਬਣ ਗਈ ਉਹਨੂੰ ਆਪਰੇਟ ਵੀ ਕਰ ਲਿਆ ਉਹ ਵੀ ਲੈ ਲਿਆ ਆਪਣੇ ਜਿਹੜਾ ਜੋ ਵੀ ਆ ਟੋਲ ਲੈ ਲਿਆ ਪਰ ਉਹ ਕਿੰਨਾ ਸਮਾਂ ਲੁੱਟਦੇ ਰਹਿਣਗੇ ਉਹਦਾ ਕੋਈ ਮਿਥਿਆ ਸਮਾਂ ਹੋਣਾ ਚਾਹੀਦਾ ਵੀ 6 ਮਹੀਨੇ ਬੋਲ ਟੈਕਟ ਲਾਗੂ ਰਹੂਗਾ ਬਾਅਦ ਚ ਇਹ ਜਿਹੜੇ ਟੋਲ ਪਲਾਜ਼ਾ ਚੁੱਕੇ ਜਾਣਗੇ ਬਿਲਕੁਲ ਤਾਂ ਜਿਵੇਂ ਕੱਲਾ ਹੀ ਜਿਹੜਾ ਲੋਡੂਵਾਲ ਟੋਲ ਪਲਾਜ਼ਾ ਉਹ ਦੇਸ਼ ਦੇ ਜਿਹੜੇ ਚਾਰ ਸਭ ਤੋਂ ਮਹਿੰਗੇ ਨੇ ਗੋਆ ਬੰਬੇ ਵਾਲਾ ਹੋ ਗਿਆ ਜੀ ਜੀ ਗੜਗਾਵਾਂ ਵਾਲਾ ਹੋ ਗਿਆ ਇਹ ਹੋ ਗਿਆ ਐਕਸਪ੍ਰੈਸ ਹਾਈਵੇ ਜਿਹੜਾ ਜਮਨਾ ਜਮਨਾ ਹਾਈਵੇ ਐਕਸਪ੍ਰੈਸ ਜਿਹੜਾ ਆਗਰਾ ਨੂੰ ਜਾਂਦਾ ਦਿੱਲੀ ਤੋਂ ਇਹ ਦੇਸ਼ ਦੇ ਸਭ ਤੋਂ ਮਹਿੰਗੇ ਆ ਔਰ ਕਾਰਪੋਰੇਟ ਲੁੱਟ ਦੇ ਪ੍ਰਤੀਕ ਨੇ ਸੋ 500 ਕਰੋੜ ਮੈਂ ਤਾਂ ਕਹਿੰਦਾ ਵੀ ਉਹ ਉਹਨਾਂ ਨੂੰ ਤਾਂ ਘਾਟਾ ਪਿਆ ਪਰ ਪੰਜਾਬੀਆਂ ਨੂੰ ਫਾਇਦਾ ਹੋ ਗਿਆ ਪੰਜਾਬੀਆਂ ਨੂੰ ਫਾਇਦਾ ਹੋ ਗਿਆ ਇਹ ਬੰਦ ਹੀ ਰਹਿਣੇ ਚਾਹੀਦੇ ਆ ਇੱਕ ਰਿਪੋਰਟ ਆਈ ਆ ਪਿਛਲੇ ਦਿਨੀ ਭਈ ਆ ਲਾਕਡਾਊਨ ਦੌਰਾਨ ਇੱਕ ਵਰਲਡ ਬੈਂਕ ਰਿਪੋਰਟ ਜਾਰੀ ਕਰਦੀ ਆ ਭਈ ਇਹ ਲੋਕ ਜਿਹੜੇ ਆ ਗਰੀਬਾਂ ਨੂੰ ਤਾਂ ਘਾਟਾ ਪਿਆ ਉੱਚ ਕੱਲਾ ਹੀ 53% ਜਿਹੜੀ ਗਰੀਬੀ ਆ ਉਹ ਹਿੰਦੋਸਤਾਨ ਦੇ ਲੋਕਾਂ ਤੇ ਕਿਉਂ ਆਈ ਆ ਬਿਲਕੁਲ ਠੀਕ ਆ ਉੱਚ ਓਵਰਆਲ ਦੇਖਿਆ ਜਾਂਦਾ ਉਸ ਰਿਪੋਰਟ ਦੇ ਵਿੱਚ ਭਈ ਦੇਸ਼ ਦੇ ਵਿੱਚ ਜੇ ਆਰਥਿਕ ਮੰਦ ਹਾਲੀ ਸੀ ਤਾਂ ਉਹ ਪ੍ਰਤੀ ਘਰ ਕਿੰਨਾ ਘਟਾ ਪਿਆ ਪ੍ਰਤੀ ਜੀ ਕਿੰਨਾ ਪਿਆ ਘਟਾ ਜੀਡੀਪੀ ਜਿਹੜੀ ਆ ਉਹਦੇ ਵਿੱਚ ਐਤਕੀ 53% ਹਿੰਦੋਸਤਾਨ ਦਾ ਹਿੱਸਾ ਆ ਪਰ ਗਰੀਬਾਂ ਦੀ ਗਰੀਬੀ ਵਧੀ ਆ ਮੁਨਾਫੇ ਖੋਰਾਂ ਦਾ ਮੁਨਾਫਾ ਵਧਿਆ ਜੇ ਅਡਾਨੀ ਸਾਡੇ ਕੋਲ ਆਧਾਰ ਹੈ ਆਧਾਰਨ ਹੈ ਸਮਾਂ ਹੋ ਰਿਹਾ ਇੱਕ ਬ੍ਰੇਕ ਦਾ ਮਿਲਦੇ ਆ ਬ੍ਰੇਕ ਤੋਂ ਬਾਅਦ ਦੁਨੀਆ ਨੂੰ ਜਾਣੋ ਪੰਜਾਬ ਮੇਲ ਯੂ ਐਸ ਏ ਚੈਨਲ ਦੇ ਨਾਲ ਸੰਸਾਰ ਭਰ ਦੀਆਂ ਖਬਰਾਂ ਜਾਣਨ ਲਈ ਖਬਰਾਂ ਦੀ ਡੂੰਘਾਈ ਤੱਕ ਪਹੁੰਚਣ ਲਈ ਰੋਜ਼ ਵੇਖੋ ਪੰਜਾਬ ਮੇਲ ਅਖਬਾਰਨਾਮਾ ਸਿਰਫ ਪੰਜਾਬ ਮੇਲ ਯੂਐਸਏ ਚੈਨਲ ਪੰਜਾਬ ਮੇਲ ਟੀਵੀ ਯੂਐਸਏ ਦੇਖ ਰਹੇ ਸਾਰੇ ਦਰਸ਼ਕਾਂ ਦਾ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਹੈ ਸਰਦਾਰ ਨਰਿੰਦਰ ਸਿੰਘ ਸੱਤੀ ਹੁਣੀ ਸਾਡੇ ਨਾਲ ਬਨੇ ਹੋਏ ਆ ਵਾਦਦੇ ਅਗਲੀ ਗੱਲ ਨਾਲ ਸੱਤੀ ਸਾਹਿਬ ਜੀ ਲੋਕਤੰਤਰ ਬਾਰੇ ਆਪਣਾ ਦੇਸ਼ ਆਪਾਂ ਬੜੀ ਰੌਲੀ ਪਾਉਂਦੇ ਆ ਕਦੇ ਉਹ ਜੀ ਕਹਿੰਦਾ ਇਹ ਕਹਿੰਦੇ ਜੀ ਲੋਕਤੰਤਰ ਦੀ ਅੱਜ ਮੌਤ ਹੋ ਗਈ ਇਹ ਅਕਸਰ ਹੀ ਆਪਾਂ ਨੂੰ ਸੁਣਨ ਨੂੰ ਮਿਲਿਆ ਮੈਂ ਪਤਾ ਨਹੀਂ ਵੀ ਉਹ ਲੋਕਤੰਤਰ ਜੀਂਦਾ ਕਦੇ ਵੇਖਿਆ ਕਿ ਕਦੇ ਮਰਿਆ ਵੇਖਿਆ ਮੈਨੂੰ ਤੇ ਸਮਝ ਨਹੀਂ ਆਉਂਦੀ ਕਿਉਂਕਿ ਗੱਲਾਂ ਹੀ ਸੁਣੀਆਂ ਮੈਂ ਖੁਦ ਲੋਕਤੰਤਰ ਨਹੀਂ ਵੇਖਿਆ ਹੁਣ ਉਹੀ ਦਿੱਲੀ ਸਰਕਾਰ ਦਾ ਜਿਹੜਾ ਇਹਨਾਂ ਦਾ ਹੀ ਸੀਗਾ ਵੀ ਐਲਜੀ ਦੇ ਵੱਧ ਅਧਿਕਾਰ ਹੋਣਗੇ ਜੀ ਵਾਈਸਰਾਏ ਸਿਸਟਮ ਜਿਹੜਾ ਇੰਗਲੈਂਡ ਦਾ ਸੀ ਪੁਰਾਣਾ ਉਹ ਵਾਈਸਰਾਏ ਸਿਸਟਮ ਦਿੱਲੀ ਚ ਆ ਗਿਆ ਤੇ ਜਿਹੜੀ ਚੁਣੀ ਹੋਈ ਸਰਕਾਰ ਆ ਉਹਦੇ ਅਧਿਕਾਰ ਘਟਾ ਦਿੱਤੇ ਆ ਕਿਵੇਂ ਦੇਖਦੇ ਹਾਂ ਇਹਨੂੰ ਫਾਸ਼ੀਵਾਦ ਕਹਾਂਗੇ ਇਹ ਲੋਕਤੰਤਰ ਨਹੀਂ ਲੋਕਤੰਤਰ 'ਚ ਤਾਂ ਚੁਣੀ ਹੋਈ ਸਰਕਾਰ ਸਾਰਾ ਕੁਝ ਹੁੰਦੀ ਆ ਜਿਹਨੂੰ ਲੋਕ ਵੋਟਾਂ ਪਾ ਕੇ ਚੁਣਦੇ ਨੇ ਉਸ ਸਰਕਾਰ ਨੂੰ ਉਹਨਾਂ ਲੋਕਾਂ ਦੀ ਬਿਹਤਰੀ ਲਈ ਫੈਸਲੇ ਲੈਣ ਦਾ ਅਧਿਕਾਰ ਹੁੰਦਾ ਜਿਹੜਾ ਲੈਫਟੀਨੈਂਟ ਗਵਰਨਰ ਹੁੰਦਾ ਜਾਂ ਗਵਰਨਰ ਨੇ ਸੂਬਿਆਂ ਦੇ ਰਾਜਪਾਲ ਉਹ ਕੇਂਦਰੀ ਸਰਕਾਰ ਦੇ ਚੁਣਿੰਦਾ ਲੋਕ ਹੁੰਦੇ ਆ ਉਹਨਾਂ ਦੇ ਕੈਲੋ ਪਈ ਉਹ ਉਹ ਪਾਰਟੀ ਦੇ ਲੋਕ ਹੁੰਦੇ ਆ ਬਿਲਕੁਲ ਤੇ ਉਹ ਇੱਕ ਤਰ੍ਹਾਂ ਨਾਲ ਵੀ ਆਪਣੇ ਲੋਕਾਂ ਨੂੰ ਰਾਜ ਭਾਗ ਦਾ ਸੁੱਖ ਜਿਹੜਾ ਆ ਉਹ ਦੇਣ ਲਈ ਗਵਰਨਰ ਜਿਹੜੇ ਆ ਉਹ ਨਿਯੁਕਤ ਕੀਤੇ ਜਾਂਦੇ ਆ ਜੀ ਕਿਤੇ ਕਿਤੇ ਤਾਂ ਦੇਖਣ ਚਾਹੁੰਦਾ ਵੀ ਕੋਈ ਸਾਬਕਾ ਅਫਸਰ ਜਿਹੜੇ ਆ ਉਹ ਕਿਤੇ ਗਵਰਨਰライズ ਜਾਂਦੇ ਆ ਜਾਂ ਕਿਤੇ ਉਹ ਐਮਬੈਸਡਰ ਜਾਂ ਹਾਈ ਕਮਿਸ਼ਨਰ ਵਜੋਂ ਭੇਜੇ ਜਾਂਦੇ ਨੇ ਜੀ ਕਿਤੇ ਕਿਤੇ ਬਿਲਕੁਲ ਹੀ ਜਿਵੇਂ ਹੋਣ ਦੇਖਣ ਚਾ ਰਿਹਾ ਪੀ ਕੇਂਦਰ ਸਰਕਾਰ ਜਿਹੜੇ ਆਰਐਸਐਸ ਵਾਲੇ ਲੋਕ ਆ ਉਹਨਾਂ ਨੂੰ ਰਾਜਪਾਲ ਉਹਨੂੰ ਰਾਜਪਾਲ ਵਜੋਂ ਨਿਯੁਕਤੀ ਕੀਤੀ ਜਾਂਦੀ ਆ ਜੀ ਜੇ ਕਿਤੇ ਉਹਨਾਂ ਨੂੰ ਸਤਿਆਪਾਲ ਮਲਕ ਵਰਗੇ ਕੋ ਟੱਕਰ ਜਾਂਦਾ ਟੱਕਰ ਜਾਂਦੇ ਆ ਤਾਂ ਉਹ ਫਿਰ ਮੈਂ ਤਾਂ ਹੈਰਾਨ ਆ ਪੀ ਸਤਿਆਪਾਲ ਮਲਕ ਨੂੰ ਵਜੇ ਤੱਕ ਹਟਾਇਆ ਕਿਉਂ ਨਹੀਂ ਉਹ ਨਾ ਆਰਐਸਐਸ ਦੇ ਆ ਨਾ ਭਾਜਪਾ ਦੇ ਆ ਪਰ ਇਹਨਾਂ ਦੀ ਪਤਾ ਨਹੀਂ ਕੀ ਮਜਬੂਰੀ ਸੀ ਪੀ ਉਹ ਸਤਿਆਪਾਲ ਮਲਕ ਨੂੰ ਲਾਇਆ ਫਿਰ ਉਹਨਾਂ ਨੂੰ ਘਮਾਉਂਦੇ ਵੀ ਰਹੇ ਨੇ ਜੰਮੂ ਕਸ਼ਮੀਰ ਉਧਰ ਬਿਹਾਰ ਗੋਆ ਫਿਰ ਹੁਣ ਮਗਾ ਲਿਆ ਠੀਕ ਹੈ ਪਿਛਲੇ ਦਿਨੀ ਖਰੀਆਂ ਕਰੀਆਂ ਬਾਗਪਤ ਸੁਣਾ ਕੇ ਗਏ ਆ ਪਈ ਅੰਦੋਲਨ ਵਾਲਾ ਨਾ ਇਦਾਂ ਨਾ ਪੇਸ਼ ਆਵੋ ਜੀ ਹੁਣ ਆਪਾਂ ਗੱਲ ਕਰੀਏ ਦਿੱਲੀ ਦੇ ਲੈਫਟੀਨੈਂਟ ਗਵਰਨਰ ਦੀ ਪਹਿਲਾਂ ਤਾਂ ਪੁਲਿਸ ਜਿਹੜੀ ਆ ਉਹ ਕੇਂਦਰ ਸਰਕਾਰ ਦੇ ਅਧੀਨ ਆ ਦਿੱਲੀ ਦੀ ਦੋਹੀ ਹੱਤੀ ਲੋਕਾਂ ਨੂੰ ਲੁੱਟ ਰਹੀ ਆ ਇਹਨਾਂ ਤੋਂ ਜਿਹੜੇ ਪਹਿਲੇ ਗਵਰਨਰ ਸੀਗੇ ਦਿੱਲੀ ਦੇ ਲੈਫਟੀਨੈਂਟ ਗਵਰਨਰ ਉਹ ਵੀ ਜਿਹੜੇ ਆ ਉਹਨਾਂ ਦਾ ਸਰਕਾਰ ਨਾਲ ਇਦਾਂ ਹੀ ਪੰਗਾ ਰਿਹਾ ਬੜਾ ਰੌਲਾ ਰੱਪਾ ਪਿਆ ਠੀਕ ਹੈ ਅਦਾਲਤ ਤੱਕ ਵੀ ਗੱਲ ਗਈ ਠੀਕ ਹੈ ਅਦਾਲਤ ਨੂੰ ਦਕਣ ਜਾਣਾ ਪਿਆ ਉੱਚ ਅਦਾਲਤ ਨੂੰ ਹੋਰ ਫੇਰ ਉਹ ਇੱਕ ਤਰ੍ਹਾਂ ਦਾ ਕਾਨੂੰਨ ਬਣਾ ਕੇ ਉਹਦੇ ਅਧਿਕਾਰ ਘਟਾਏ ਆ ਇਹ ਕਿੱਥੋਂ ਦਾ ਨਿਆਂ ਆ ਲੋਕਤੰਤਰ ਦੇ ਵਿੱਚ ਇਦਾਂ ਨਹੀਂ ਹੁੰਦੀ ਜੀ ਫਾਸ਼ੀਵਾਦ ਜਿਹੜਾ ਹੁੰਦਾ ਨਾ ਜਿੱਥੇ ਫੈਸਲੇ ਠੋਸੇ ਜਾਂਦੇ ਆ ਉਹਨਾਂ ਚ ਇਦਾਂ ਉਹ ਉਹਨਾਂ ਚ ਇਦਾਂ ਹੁੰਦੀ ਆ ਇਹ ਤਾਂ ਡਿਕਟੇਟਰਸ਼ਿਪ ਹੋ ਗਈ ਤਾਨਾਸ਼ਾਹੀ ਹੋ ਗਈ ਸੋ ਇਹ ਜਿਹੜਾ ਦਿੱਲੀ ਦੀ ਚੁਣੀ ਹੋਈ ਸਰਕਾਰ ਦਾ ਜਿਹੜੇ ਅਧਿਕਾਰ ਘਟਾਉਣੇ ਉਹਨਾਂ ਤੇ ਬੰਦਸ਼ਾ ਲਾਉਣੀਆਂ ਉਹਨਾਂ ਦੇ ਪਰ ਕੁਤਰਨੇ ਇਹ ਫਾਸ਼ੀਵਾਦ ਦੀ ਜਿੰਦੀ ਜਾਗ ਦੀ ਮਿਸਾਲ ਹੈ ਜੀ ਔਰ ਮੈਨੂੰ ਲੱਗਦਾ ਵੀ ਦਿੱਲੀ ਸਰਕਾਰ ਜ਼ਰੂਰ ਇਹਦੇ ਖਿਲਾਫ ਉੱਚ ਅਦਾਲਤ ਦੇ ਵਿੱਚ ਅਰਜ਼ੋਈ ਕਰੇਗੀ ਜੀ ਸ਼ੇਅਰ ਸੁਣਾਵਾ ਇੱਕ ਹੋਰ ਜੀ ਸਭ ਨੇ ਸੁਣਿਆ ਹੋਣਾ ਕਹਿੰਦੇ ਇੱਕ ਹੀ ਉਲੂ ਕਾਫੀ ਥਾ ਬਰਬਾਦ ਗੁਲਿਸਤਾਂ ਕਰਨੇ ਕੋ ਹਰ ਸ਼ਾਖ 'ਤੇ ਉੱਲੂ ਬੈਠਾ ਹੈ ਅੰਜਾਮੇ ਗੁਰਸਤਾਨ ਕੀ ਆ ਹੋਗਾ ਜੀ 300 ਤੋਂ ਉੱਪਰ ਤੁਹਾਡੇ ਐਮਪੀ ਜੀ ਕਿੰਨੀਆਂ ਦੇਸ਼ ਦੀਆਂ ਵਿਧਾਨ ਸਭਾਵਾਂ ਤੁਹਾਡੀਆਂ ਜੀ ਤੇ ਇਹਦਾ ਮਤਲਬ ਇਹ ਆ ਕਿ ਤੁਸੀਂ ਜੋ ਤੁਹਾਡੇ ਦਿਲ ਚਾਉਂਦਾ ਹੈ ਜੀ ਚਾਹੇ ਉਹ ਸੰਵਿਧਾਨਿਕ ਤੌਰ ਤੇ ਸਹੀ ਆ ਜਾਂ ਗਲਤ ਆ ਜੋ ਤੁਹਾਡੀ ਸੋਚ ਆ ਤੁਸੀਂ ਫਾਸ਼ਿਸਮ ਦੀ ਥੋੜੀ ਜਿਹੀ ਗੱਲ ਕੀਤੀ ਆ ਜੀ ਚਲੋ ਇੱਕ ਜਾਂ ਦੋ ਬੰਦੇ ਫਾਸ਼ਿਸਮ ਲਿਆਉਣਾ ਚਾਹੁੰਦੇ ਹੋਣਗੇ ਕੀ ਉਹ 300 ਬੰਦਾ ਉਹ ਸਭ ਉੱਲੂ ਹੀ ਨੇ ਤੇ 170 ਤੋੜੀ ਜੀ ਠੀਕ ਆ ਸੀਏਐਨਆਰਸੀ ਜੀ ਕਿਸਾਨੀ ਦੂਸਰੇ ਮੁੱਦੇ ਇਹ ਸਾਰੇ ਜਿਹੜੇ ਕਾਨੂੰਨ ਬਣੇ ਆ ਹੁਣ ਦਿੱਲੀ ਵਾਲਾ ਵੀ ਆ ਗਿਆ ਇਹ ਸਾਰੇ ਕਾਨੂੰਨ ਜਿਹੜੇ ਆ ਇਹ ਲੋਕਤੰਤਰ ਜਿਹਨੂੰ ਇਹ ਲੋਕਤੰਤਰ ਕਹਿੰਦੇ ਆ ਉਹਦੇ ਖਿਲਾਫ ਜਾਂਦੇ ਆ ਜੀ ਇਹ ਸ਼ਰੇਆਮ ਹਿਟਲਰशाही ਨਹੀਂ ਹੋ ਗਈ ਦੇਖੋ ਇਹ ਹਿਟਲਰशाही ਤਾਂ ਹੈ ਫਾਸ਼ੀਵਾਦ ਹੈ ਬਿਨਾਂ ਸ਼ੱਕ ਕਿ ਕੋ ਦੂਰਾਮਾ ਨਹੀਂ ਪਰ ਦੇਸ਼ਪਾਲ ਜੀ ਗੱਲ ਇਦਾਂ ਆ ਪਈ ਉਹਨਾਂ ਕੋ ਮੁਕੰਮਲ ਬਹੁਮਤ ਆ ਜਿਹੜੀ ਵਿਰੋਧੀ ਤੇ ਰਿਆ ਉਹ ਜਿਹਨੂੰ ਆਪਾਂ ਕਹਿੰਦੇ ਆ ਪਈ ਉਹ ਕੋਈ ਖਾਸ ਸਥਾਨ ਹੈ ਨਹੀਂ ਕਿਉਂਕਿ ਸੀਟਾਂ ਹੀ ਬਹੁਤ ਘੱਟ ਨੇ ਉਹ ਸਾਰੀਆਂ ਸੀਟਾਂ ਰਲਾ ਕੇ ਵੀ ਉਹਨਾਂ ਤੋਂ ਮਤਲਬ ਵਿਰੋਧੀ ਧਿਰ ਦਾ ਜਿੰਨਾ ਰੋਲ ਹੋਣਾ ਚਾਹੀਦਾ ਦੇਖੋ ਕਿਸੇ ਹੱਦ ਤੱਕ ਤਾਂ ਰੋਲਾ ਰੱਪਾ ਪੈਂਦਾ ਹੀ ਆ ਆਪਾਂ ਕਹਿ ਨਹੀਂ ਸਕਦੇ ਸੀ ਪੀਐਮ ਦੇ ਵੀ ਲੋਕ ਆ ਜਿਹੜੇ ਖੱਬੇ ਪੱਖੀ ਲੋਕ ਆ ਨਹੀਂ ਪਰ ਅੱਖਾਂ ਮੀਟ ਕੇ ਜੋ ਤੁਹਾਡੇ ਆਕਾ ਨੇ ਕਹਿ ਤਾਂ ਤੁਸੀਂ ਉੱਤੇ ਵੋਟਾਂ ਪਾ ਦੇਣੀਆਂ ਪਰ ਜਿਹੜੇ ਭਾਜਪਾ ਦੇ ਆਪਣੇ ਐਮਪੀ ਨੇ ਅਕਸਰ ਉਹ ਇਨਾ ਕਰੰਸੀ ਜਾਂਦੇ ਆ ਕੋਈ ਹਵਾ 'ਚ ਨਹੀਂ ਰਹਿੰਦੇ ਅਸਮਾਨ 'ਚ ਨਹੀਂ ਰਹਿੰਦੇ ਉਹ ਲੋਕ ਨਾ ਪਤਾਲ 'ਚ ਰਹਿੰਦੇ ਆ ਧਰਤੀ ਦੇ ਵਾਸੀ ਆ ਹਿੰਦੁਸਤਾਨ ਦੇ ਵਾਸੀ ਨੇ ਉਹ ਵੀ ਆਪਣੇ ਖੇਤਰਾਂ ਦੇ ਲੋਕਾਂ ਨੂੰ ਜਵਾਬ ਦੇ ਆ ਠੀਕ ਹੈ ਪਰ ਗੱਲ ਇਹ ਆ ਭਈ ਜਿਵੇਂ ਤੁਸੀਂ ਸ਼ੇਅਰ ਸੁਣਾਇਆ ਕਿਤੇ ਕੋਈ ਇੱਕ ਦੋ ਹੀ ਉੱਠ ਕੇ ਖੜੇ ਹੋਣ ਕਿਤੇ ਕੋਈ ਪੰਜ ਸੱਤ ਹੀ 300 ਚੋਂ ਉੱਠ ਕੇ ਖੜੇ ਹੋਣ ਨਹੀਂ ਆਵਾਜ਼ੇ ਨਹੀਂ ਆ ਰਹੀ ਤੇ ਇਹ ਆਵਾਜ਼ ਇਹਦਾ ਮਤਲਬ ਤਾਂ ਇਹ ਹੀ ਆ ਪਈ ਇਹ ਸਾਰੀਆਂ ਭੇਡਾਂ ਆ ਪਈ ਜਿਹੜਾ ਦੇਖੋ ਕਹਿੰਦੇ ਹੁੰਦੇ ਆ ਪਈ ਇੱਕ ਭੇਡ ਜਿੱਦੜ ਦੀ ਲੰਗਾ ਦੋ ਬਾਕੀ ਦੀਆਂ ਮਗਰ ਲਾਈਨ ਬਣਾ ਲੈਂਦੀਆਂ ਮੈਂ ਸਾਡੇ ਐਮਪੀ ਸਹਿਬਾਨ ਬਾਰੇ ਇਹ ਇਹ ਸ਼ਬਦ ਨਹੀਂ ਵਰਤਣਾ ਚਾਹੁੰਦਾ ਪਰ ਜਿਹੜੀ ਮੈਂ ਗੱਲ ਕਰਨੀ ਚਾਹੁੰਦਾ ਆ ਪਈ ਕਿ ਸਾਰਿਆਂ ਨੇ ਮੂੰਹ ਚ ਘੁੰਗੜੀਆਂ ਪਾਈਆਂ ਹੋਈਆਂ ਬਿਲਕੁਲ ਤੇ ਕੰਨਾਂ ਦੇ ਵਿੱਚ ਕੋਈ ਆਪਣੇ ਰੂਂ ਲਿਆ ਹੋਇਆ ਪਈ ਨਾ ਕੋਈ ਗਰੀਬਾਂ ਦੀ ਉਹਨਾਂ ਨੂੰ ਚਾਰਾ ਜੋਈ ਅਰਜੋਈ ਰੌਲਾ ਰੱਪਾ ਸੁਣਦਾ ਪਈ ਕਿਵੇਂ ਬਿਲਕ ਰਹੇ ਆ ਇਸ ਵੇਲੇ ਦੇਸ਼ ਦਾ ਕੀ ਹਾਲ ਆ ਨਾ ਕੋਈ ਕੁਝ ਬੋਲਦੇ ਨੇ ਨਾ ਆਪਣੇ ਆਕਿਆਂ ਦੇ ਖਿਲਾਫ ਬੋਲਦੇ ਨੇ ਇਸ ਵੇਲੇ ਤਾਂ ਐਂ ਲੱਗਦਾ ਪਈ ਚਾਰ ਕ ਬੰਦੇ ਸਰਕਾਰ ਚਲਾ ਰਹੇ ਆ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਤੇ ਉਹਨਾਂ ਦੇ ਜਿਹੜੇ ਕਾਰਪੋਰੇਟ ਆੜੀ ਨੇ ਤੇ ਬਾਕੀ ਦੁਨੀਆ ਜਿਹੜੇ ਹਿੰਦੁਸਤਾਨ ਦੇ ਵਾਸੀ ਨੇ ਉਹ ਸਾਰੇ ਉਹਨਾਂ ਨੂੰ ਕੀੜੇ ਮਕੌੜੇ ਲੱਗਦੇ ਆ ਚੁਣੀਆਂ ਹੋਈਆਂ ਸਰਕਾਰਾਂ ਜਿਹੜੀਆਂ ਉਹ ਡਿੱਗ ਰਹੀਆਂ ਇਸ ਕਰਕੇ ਤੇਜਪਾਲ ਜੀ ਐਸ ਵੈਲ ਸਥਿਤੀ ਇਦਾਂ ਦੀ ਬਣੀ ਹੋਈ ਆ ਭਈ ਹੁਣ ਸਾਰਿਆਂ ਦੀਆਂ ਜਿਹੜੀਆਂ ਨਜ਼ਰਾਂ ਉਹ ਅਗਲੀਆਂ ਚੋਣਾਂ ਤੇ ਆ ਪੰਜ ਸੂਬਿਆਂ ਦੀਆਂ ਚੋਣਾਂ ਤੇ ਆ ਕਿਸਾਨ ਅੰਦੋਲਨ ਤੁਸੀਂ ਦੇਖੋ ਵੀ ਖੜੋਤ ਆਈ ਹੋਈ ਆ ਕੋਈ ਗੱਲਬਾਤ ਨਹੀਂ ਹੈ ਨਾ ਤੇ ਉਦੋਂ ਤੱਕ ਉਹਨੂੰ ਵੀ ਲਟਕਾਣਾ ਚਾਹੁੰਦੇ ਆ ਜੀ ਇੱਕ ਕਹਿੰਦੇ ਹੁੰਦੇ ਆ ਵਟ ਗੋਜ਼ ਅਰਾਊਂਡ ਕਮਜ਼ ਅਰਾਊਂਡ ਜੀ ਇਹੀ ਕੇਜਰੀਵਾਲ ਸਾਹਿਬ ਜਦੋਂ ਧਾਰਾ 370 ਟੁੱਟਦੀ ਹੈ ਜੰਮੂ ਕਸ਼ਮੀਰ ਨੂੰ ਸਪਲਿਟ ਕਰਕੇ ਦੋ ਯੂਨੀਅਨ ਟੈਰੀਟਰੀਜ਼ ਬਣਾ ਦਿੱਤਾ ਜਾਂਦਾ ਤੇ ਇਹੀ ਕੇਜਰੀਵਾਲ ਸਾਹਿਬ ਸਵਾਗਤ ਕਰਦੇ ਆ ਬਿਲਕੁਲ ਉਦੋਂ ਉਧਰ ਨੂੰ ਜਾ ਰਿਹਾ ਸੀ ਤਾਂ ਉਹਦਾ ਸਵਾਗਤ ਸੀ ਅਜੋਹੀ ਕੰਮ ਕੇ ਇਹਨਾਂ ਦੇ ਗੱਲ ਨਹੀਂ ਪੈ ਰਹੀ ਬਿਲਕੁਲ ਇਦਾਂ ਹੀ ਆ ਪਈ ਕਹਿੰਦੇ ਹੁੰਦੇ ਆ ਵੀ ਜਦੋਂ ਜ਼ੁਲਮ ਜਿਹੜਾ ਹੁੰਦਾ ਹੋਵੇ ਤੇ ਤੁਸੀਂ ਚੁੱਪ ਰਹਿੰਦੇ ਹੋ ਤਾਂ ਕਿਸੇ ਤੇ ਹੁੰਦਾ ਫਿਰ ਜਦੋਂ ਆਪਣੇ ਤੇ ਪੈਂਦੀ ਆ ਤਾਂ ਫਿਰ ਤੁਹਾਨੂੰ ਰੱਬ ਚੇਤੇ ਆਉਂਦਾ ਹੈਗਾ ਜੀ ਕਾਸ਼ ਕਿਤੇ ਧਾਰਾ 370 ਜੰਮੂ ਕਸ਼ਮੀਰ ਚੋ ਤੋੜ ਕੇ ਸੂਬੇ ਨੂੰ ਯੂਨੀਅਨ ਟੈਰੀਟਰੀ ਜਿਹੜੀ ਆ ਕੇਂਦਰ ਸ਼ਾਸਤ ਪ੍ਰਦੇਸ਼ ਬਣਾਉਣ ਵੇਲੇ ਵੀ ਰੌਲਾ ਰੱਪਾ ਪਾਇਆ ਹੁੰਦਾ ਤੇ ਅੱਜ ਸ਼ਾਇਦ ਜੰਮੂ ਕਸ਼ਮੀਰ ਵਾਲੇ ਲੋਕ ਹੀ ਸਪੋਰਟ ਕਰਦੇ ਵੀ ਲੈਫਟਿਨੈਂਟ ਗਵਰਨਰ ਨੂੰ ਕਿਵੇਂ ਵੱਧ ਤਾਕਤਾਂ ਦਿੱਤੀਆਂ ਜਾ ਸਕਦੀਆਂ ਇੱਕ ਚੁਣੀ ਹੋਈ ਸਰਕਾਰ ਦੇ ਖਿਲਾਫ ਜੀ ਮੁੰਬਈ ਦੀ ਆਪਾਂ ਥੋੜੀ ਜੀ ਗੱਲ ਕੀਤੀ ਸੀ ਜੀ ਉਹਦੇ 'ਚ ਵੀ ਕੁਝ ਨਮੀਆਂ ਅਪਡੇਟਸ ਆਈਆਂ ਉਹ ਤਾਂ ਚੱਕਰ ਹੀ ਹੋਰ ਨਿਕਲ ਰਿਹਾ ਕਹਿੰਦੇ ਵੀ ਉਹ ਸਰਕਾਰ ਤੋੜਨ ਦਾ ਹੀ ਕੋਈ ਛੜਜੰਤਰ ਆ ਜੋ ਜੋ ਅੱਜ ਪਤਾ ਲੱਗਦਾ ਕਿ ਹਾਲੇ ਪਤਾ ਕੋਈ ਨਹੀਂ ਅੰਦਰੋਂ ਕੀ ਨਿਕਲਣਾ ਦੇਖੋ ਵਜੇ ਵਰਗੇ ਜਿਹੜੇ ਮੁਤਲ ਤੇ ਜਿਨ੍ਹਾਂ ਤੇ ਜਿਨ੍ਹਾਂ ਦਾ ਪਹਿਲਾਂ ਹੀ ਸ਼ੱਕੀ ਕਿਰਦਾਰ ਹੋਵੇ ਪਹਿਲੀ ਗੱਲ ਤਾਂ ਉਹ ਵੀ ਇੱਕ ਸਬ ਇਨਸਪੈਕਟਰ ਹੋਵੇ ਤਾਂ ਉਹਨੂੰ ਕਮਿਸ਼ਨਰ ਰੈਂਕ ਦਿੱਤਾ ਹੋਵੇ ਬਿਲਕੁਲ ਕਿਵੇਂ ਉਹ ਸੰਭਵ ਹੋਇਆ ਜੀ ਐ ਕਿ ਕਿਤਨਾ ਕਿਤਨਾ ਦਾ ਨਿਆਂ ਹੋਣਾ ਚਾਹੀਦਾ ਦੂਸਰਾ ਪਰਮਵੀਰ ਸਿੰਘ ਹੋਰੀ ਸੁਖਨਾਲ ਚੰਡੀਗੜ੍ਹ ਦੇ ਨੇ ਪੰਜਾਬ ਯੂਨੀਵਰਸਿਟੀ ਚੋਂ ਐਮ ਐਸ ਸੋਸ਼ੀਓਲੋਜੀ ਕੀਤੀ ਹੋਈ ਆ ਸਮਾਜ ਵਿਗਿਆਨ ਦੀ ਉਹਨਾਂ ਨਾਲੋਂ ਵੱਧ ਸੋਜੀ ਤਾਂ ਸ਼ਾਇਦ ਕਿਸੇ ਨੂੰ ਹੋਵੇ ਪਰ ਜਿਹੜਾ ਉਹਨਾਂ ਨੇ ਬਿਆਨ ਦਿੱਤਾ ਉਹ ਸ਼ੱਕ ਦੇ ਘੇਰੇ ਚ ਆਉਂਦਾ ਭਈ ਜਿਹੜੇ ਅਨਲ ਦੇਸ਼ਮਖੁਰੀਆਂ ਉਹ ਤਾਂ ਇਹ ਜਦੋਂ ਦੀ ਉਹ ਗੱਲ ਕਰ ਰਹੇ ਆ ਮੀਟਿੰਗ ਚ 100 ਕਰੋੜ ਮੰਗਿਆ ਮੀਟਿੰਗ 100 ਕਰੋੜ ਮੰਗਿਆ ਉਹ ਮੀਟਿੰਗ ਕਿੱਥੇ ਹਵਾ ਚ ਹੋਈ ਅਸਮਾਨ ਚ ਹੋਈ ਕਿਤੇ ਉਹ ਪਈ ਉਹ ਤਾਂ ਕੁਆਰੰਟਾਈਨ ਹੋਏ ਹੋਏ ਸੀ ਉਦੋਂ ਉਦੋਂ ਕਰੋਨਾ ਕਰਕੇ ਤਾਂ ਉਹ ਆਪਣੇ ਘਰ ਚ ਕੁਆਰੰਟਾਈਨ ਸੀਗੇ ਤਾਂ ਉਹ ਮੀਟਿੰਗ ਕਿੱਥੇ ਹੋਈ ਆ ਸੋ ਫੇਰ ਹੁਣ ਸੁਪਰੀਮ ਕੋਰਟ ਜਿਹੜੀ ਆ ਉੱਥੇ ਉਹਨੇ ਅਰਜ਼ੋਈ ਕਰਦੇ ਵੀ ਮੈਨੂੰ ਜੀ ਹੋਮ ਗਾਰਡ ਦਾ ਡੀਜੀਪੀ ਲਾਤਾ ਠੀਕ ਆ ਜਾਇਦਾ ਕੀਤਾ ਉਦਾਂ ਕੀਤਾ ਉਹ ਕਹਿੰਦੇ ਥੱਲੇ ਹਾਈ ਕੋਰਟ ਚ ਜਾਓ ਜੀ ਮੈਨੂੰ ਇਹ ਸਾਰੀ ਸਾਜ਼ਿਸ਼ ਜੋ ਭਾਜਪਾ ਕਰ ਰਹੀ ਆ ਚੁਣੀਆਂ ਹੋਈਆਂ ਸਰਕਾਰਾਂ ਨੂੰ ਤੋੜਨ ਦੀ ਇਹ ਭਾਜਪਾ ਦੀ ਸਾਜ਼ਿਸ਼ ਲੱਗਦੀ ਆ ਪੇ ਕਿਉਂਕਿ ਉਦਵ ਠਾਕਰੇ ਦੀ ਸਰਕਾਰ ਜਿਹੜੀ ਆ ਉਹ ਪਛਦੀ ਨਹੀਂ ਮਹਾਰਾਸ਼ਟਰ ਦੇ ਵਿੱਚ ਉਹ ਕਿਸੇ ਨੂੰ ਖੰਗਣ ਨਹੀਂ ਦਿੰਦੇ ਜਿਹਨੂੰ ਆਪਾਂ ਕਹਿੰਦੇ ਹੁੰਦੇ ਆ ਤੇ ਇਸ ਕਰਕੇ ਇਹ ਸਾਰੇ ਪਰਮਵੀਰ ਹੋਰੀ ਹੋਏ ਵਜੇ ਦੀ ਮਤਲੀ ਹੋਈ ਇਹ ਸਾਰਾ ਕੇਂਦਰੀ ਹਾਕਮਾਂ ਦੀ ਰਚੀ ਹੋਈ ਖੇਡ ਹੈ ਗਿਆ ਇਹ ਕਿਤੇ ਇਦਾਂ ਹੀ ਤਾਂ ਨਹੀਂ ਜਿੱਦਾਂ ਜਦ ਤੁਹਾਨੂੰ ਯਾਦ ਹੋਣਾ ਜਦੋਂ ਇਹੋ ਸਰਕਾਰ ਬਣਨੀ ਸੀ ਇਸ ਤੋਂ ਪਹਿਲਾਂ ਇਹ ਤਿੰਨ ਪਾਰਟੀਆਂ ਜਿਹੜੀਆਂ ਸਿਗੀਆਂ ਇਨਾਂ ਦੇ ਵਿੱਚ ਕਿਸੇ ਕੋਲ ਵੀ ਬਹੁਮਤ ਨਹੀਂ ਸੀ ਤੇ ਭਾਜਪਾ ਨੇ ਅੰਦਰ ਖਾਤੇ ਜਾ ਕੇ ਸਵੇਰ ਸਵੇਰੇ ਦਵਿੰਦਰ ਫੜਨਵੀਸ ਹੁਣੀ ਨਹਾ ਧੋ ਕੇ ਤੇ 6 ਵਜੇ ਕੇ 5:30 ਵਜੇ ਜਾ ਕੇ ਸੌ ਚੁੱਕਣ ਲੱਗ ਪਏ ਸੀ ਲੋਕੀ ਸੁੱਤੇ ਉੱਠ ਰਹੇ ਸੀ ਤਾਂ ਉਹਨਾਂ ਬਦਲ ਆਦਾ ਵੀ ਸਾਡਾ ਦਵਿੰਦਰ ਫੜਨਵੀਸ ਇਹ ਉਦੋਂ ਦੀ ਸਾਜ਼ਿਸ਼ ਲੱਗਦੀ ਮੈਨੂੰ ਬਿਲਕੁਲ ਇਹ ਬਿਨਾਂ ਸ਼ੱਕ ਮੈਨੂੰ ਕੇਂਦਰੀ ਹਾਕਮਾਂ ਦੀ ਭਾਜਪਾ ਪਾਰਟੀ ਦੀ ਸਾਜ਼ਿਸ਼ ਲੱਗਦੀ ਆ ਤੇ ਦੇਖੋ ਆਉਣ ਵਾਲੇ ਦਿਨਾਂ 'ਚੋਂ ਇਹਦਾ ਕੀ ਬਣਦਾ ਹੈਗਾ ਹਨਾ ਸੋ ਦੇਖੋ ਚੁਣੀਆਂ ਹੋਈਆਂ ਉੱਚ ਸਰਦ ਪਵਾਰ ਵਰਗੇ ਹਮੇਤੀ ਹੋਣ ਇਕਾ ਜਿਹੜੇ ਸੀਨੀਅਰ ਆਗੂ ਨੇ ਉਦੋਂ ਠਾਕਰੇ ਹੋਰੀ ਆਪਣੇ ਸੂਬੇ ਦੇ ਤਾਂ ਹੀਰੋ ਨੇ ਨਾ ਪਰ ਪਰਮਬੀਰ ਵਰਗੇ ਨੂੰ ਅਹੁਦੇ ਤੋਂ ਹਟਾਉਣਾ ਉਹਨਾਂ ਦਾ ਸੁਪਰੀਮ ਕੋਰਟ 'ਚ ਜਾਣਾ ਮੁੜ ਕੇ ਸੁਪਰੀਮ ਕੋਰਟ ਵੱਲੋਂ ਹਾਈ ਕੋਰਟ ਦੇ ਹੁਕਮ ਦੇਣੇ ਵਜੇ ਵਰਗੇ ਜਿਹੜੇ ਪੁਲਿਸ ਅਫਸਰ ਆ ਥੱਲਿਓਂ ਚੁੱਕ ਕੇ ਉਤਲੀਆਂ ਕੁਰਸੀਆਂ ਤੇ ਬਹੋਣੇ ਫੇਰ ਉਹਨਾਂ ਦੀ ਮੌਤ ਲਈ ਕਰਨੀ ਇਹ ਸਾਰਾ ਕੁਝ ਹੀਰੇਨ ਵਰਗਿਆਂ ਦਾ ਕਤਲ ਹੋਣਾ ਔਰਤ ਵੱਲੋਂ ਉਹਨਾਂ ਦੀ ਵੱਲੋਂ ਦੋਸ਼ ਲਾਇਆ ਜਾਣੇ ਇਹ ਸਾਰਾ ਘਟਨਾਕ੍ਰਮ ਜਿਹੜਾ ਮੈਨੂੰ ਕਿਸੇ ਵੱਡੀ ਸਾਜ਼ਿਸ਼ ਦਾ ਹਿੱਸਾ ਲੱਗਦਾ 2022 ਚ ਇਲੈਕਸ਼ਨ ਆਉਣੀ ਹੈ ਜੀ ਡੱਡੂ ਛੜੱਪੇ ਸ਼ੁਰੂ ਹੋ ਜਾਣੇ ਹੁਣ ਨੇਤਾਵਾਂ ਦੇ ਐਸ ਥਾਲੀ ਚ ਉਹਦੇ ਚ ਉਸ ਥਾਲੀ ਚ ਤੀਜੀ ਚ ਬਿਲਕੁਲ ਉਤ ਪਹਿਲੀ ਖਬਰ ਜਿਹੜੀ ਆਈ ਹੈ ਹਾਲਾਂਕਿ ਮੈਂ ਪਸੰਦ ਕਰਦਾ ਹਾਂ ਉਸ ਲੀਡਰ ਨੂੰ ਤੋਂ ਐਡਾ ਮਤਲਬ ਮੇਰੇ ਚੰਗੀ ਸੋਚ ਰੱਖਦਾ ਮੈਂ ਉਹਨਾਂ ਬਾਰੇ ਕਿ ਇਹੋ ਕੁਝ ਪੰਜਾਬ ਬਾਰੇ ਹੋ ਸਕਦਾ ਆਉਣ ਵਾਲੇ ਸਮੇਂ ਸੋਚਣ ਸੁਖपाल ਖੈਰਾ ਜੀ ਕਹਿੰਦੇ ਉਹ ਦੁਬਾਰਾ ਛੜੱਪਾ ਮਾਰ ਕੇ ਕਾਂਗਰਸ ਨਾਲ ਨੂੰ ਇਹ ਹਾਲੇ ਕੋਈ ਪੁਖਤਾ ਖਬਰ ਨਹੀਂ ਗਈ ਕੰਸੋ ਹੀ ਨੇ ਆ ਦੇਖੋ ਇਹ ਕੰਸੋ ਜਿਹੜੀ ਆ ਇਹ ਕੱਲ ਪਰਸੋਂ ਤੋਂ ਇਸ ਤਰ੍ਹਾਂ ਦੀ ਆ ਰਹੀ ਆ ਸਿਆਸਤ ਵਿੱਚ ਕੁਝ ਵੀ ਸੰਭਵ ਆ ਜੀ ਪਾਰਟੀਆਂ ਬਦਲਨੀਆਂ ਉਹਨਾਂ ਦੇ ਪਿਤਾ ਜੀ ਵੀ ਕਦੀ ਕਾਂਗਰਸ ਸੀਗੇ ਕਦੇ ਅਕਾਲੀ ਦਲ ਬਣ ਗਏ ਕੰਸੀ ਮਾਨ ਦਲ ਵਿੱਚ ਸੀਗੇ ਫਿਰ ਅਕਾਲੀ ਦਲ ਦੇ ਵਿੱਚ ਆ ਗਏ ਖੈਰਾ ਸਾਹਿਬ ਬਜਾਤੇ ਖੁਦ ਵੀ ਸੁਖਪਾਲ ਖੈਰਾ ਹੋਰੀ ਜਿਹੜਾ ਲਾਇਆ ਸਾਰੇ ਪਾਸੇ ਜਿਹੜਾ ਸਾਰੇ ਬੰਨੀ ਲਾਇਆ ਆ ਦੇਖੋ ਸੁਖਨਾਲ ਬੜਾ ਵੱਡਾ ਪਰਿਵਾਰ ਆ ਜ਼ਗੀਰਦਾਰ ਪਰਿਵਾਰ ਆ ਜੀ ਜੀ ਠੀਕ ਆ ਤੀਆਂ ਜਵਾਈ ਉੱਚੇ ਅਉਧਿਆਂ ਤੇ ਆ ਸੁਖਨਾਲ ਹਾਈ ਕੋਰਟ ਦੇ ਜੱਜ ਰਹੇ ਨੇ ਰੰਧਾਵਾ ਸਾਹਿਬ ਇਹਨਾਂ ਦੇ ਸਨਨ ਲਾ ਜਿਹੜੇ ਆ ਇਹਨਾਂ ਦੇ ਜੀਜਾ ਜੀ ਆ ਇਸ ਤਰ੍ਹਾਂ ਜਿਹੜਾ ਨਾ ਮੈਂ ਇਹਨੂੰ ਖੁਦਗਰਜੀ ਕਹਾਵਾਂਗਾ ਜੀ ਭਈ ਇਧਰੋਂ ਲਾਲਚ ਮਿਲਿਆ ਇਧਰ ਚਲ ਗਿਆ ਉਧਰੋਂ ਲਾਲਚ ਮਿਲਿਆ ਉਧਰ ਤੁਹਾਡਾ ਆਪਣਾ ਸਟੈਂਡ ਕੀਆ ਤੁਹਾਡੀ ਆਪਣੀ ਹਾਲਾਂਕਿ ਵਿਚਾਰਧਾਰਾ ਜਿਹੜੀ ਆ ਉਹ ਹਰ ਬੰਦੇ ਦੀ ਜਿਹੜੀ ਆ ਉਹ ਸਮੇਂ ਦੇ ਨਾਲ ਬਦਲਦੀ ਰਹਿੰਦੀ ਆ ਪਰ ਐਡੀ ਵੀ ਕੀ ਭਈ ਅੱਜ ਤੁਸੀਂ ਕਾਂਗਰਸ ਚ ਕੱਲ ਨੂੰ ਤੁਸੀਂ ਅਕਾਲੀ ਦਲ ਚ ਸ਼ਾਮਲ ਹੋ ਗਏ ਆ ਫਿਰ ਤੁਸੀਂ ਕਾਂਗਰਸ ਸ਼ਾਮਲ ਹੋ ਰਹੇ ਆ ਸੋ ਇਹ ਮੈਂ ਇਹਨੂੰ ਸਾਰਾ ਖੁਦਗਰਜ਼ੀ ਤੇ ਮੌਕਾ ਪ੍ਰਸਤੀ ਕਹੂੰਗਾ ਜੇ ਉਹ ਕੱਲ ਨੂੰ ਕਾਂਗਰਸ ਚ ਜਿਹੜੇ ਆ ਮੁੜ ਕੇ ਜਾ ਵੀ ਸਕਦੇ ਆ ਕਦੀ ਆਪ ਚ ਚੱਲ ਗਾਇਆ ਠੀਕ ਹੈ ਆਪ ਚ ਵੀ ਸ਼ਾਇਦ ਉਹਨਾਂ ਨੂੰ ਮੁੱਖ ਮੰਤਰੀ ਬਣਦੇ ਸੁਪਨੇ ਲੈਣ ਲੱਪੇ ਸੀ ਜੀ ਜੀ ਹੁਣ ਆ ਇਧਰ ਕਾਂਗਰਸ ਵਾਲੇ ਪਾਸੇ ਕੋਈ ਵੱਡਾ ਅਹੁਦਾ ਜਿਹੜਾ ਆ ਉਹਦੀ ਪੇਸ਼ਕਸ਼ ਹੋ ਸਕਦਾ ਅੰਦਰ ਖਤੇ ਹੋਈ ਹੋਵੇ ਸੋ ਅਜੇ ਇਹ ਸਾਰੀਆਂ ਕੰਸੋਂ ਆ ਤੇ ਆਉਣ ਵਾਲੇ ਦਿਨਾਂ ਚ ਛੇਤੀ ਇਹ ਸਥਿਤੀ ਸਪਸ਼ਟ ਹੋ ਜਣੀ ਆ ਪਰ ਇਹ ਖੁਦਗਰਜ਼ੀ ਤੋਂ ਵੱਧ ਹੋਰ ਕੁਝ ਨਹੀਂ ਮਤਲਬ ਇਹ ਨਹੀਂ ਕੱਪੜੇ ਸਾਰੇ ਰੰਗ ਦੇ ਸਵਾਏ ਹੁੰਦੇ ਆ ਉਹ ਸਵੇਰੇ ਉੱਠ ਕੇ ਸੋਚਦੇ ਅੱਜ ਕਿਹੜੇ ਰੰਗ ਦੇ ਪਾਈਏ ਹਾਂਜੀ ਅਹ ਹਾਂਜੀ ਉਹ ਬਸ ਮੈਂ ਤਾਂ ਸ਼ੁਗਲ ਦੀ ਗੱਲ ਕਰਦਾ ਸੀ ਵੀ ਪਿਛਲੇ ਦਿਨੀ ਮੈਂ ਮੇਰੇ ਵੱਡੇ ਪੈੰਜੀ ਨੇ ਉਹ ਚੰਡੀਗੜ੍ਹ ਗਏ ਹੋਏ ਸੀ ਮੈਂ ਕਿਹਾ ਫਲਾਂ ਦੁਕਾਨ ਤੋਂ ਵੀ ਉਹ ਮੇਰੇ ਲਈ ਇੱਕ ਪੱਗ ਲਾਇਆ ਉਹ ਨਸਵਾਰੀ ਰੰਗ ਦੀ ਉਹ ਤੇ ਨਾਲ ਸਾਡਾ ਪੁਰਾਣਾ ਉਹ ਅਮਰੀਕਾ ਰਹਿੰਦੇ ਨੇ ਜੀ ਤੇ ਉਹ ਜਿਹੜਾ ਰੰਗ ਮੈਂ ਕਹਿੰਦਾ ਸੀ ਉਹ ਲੱਭਿਆ ਨਹੀਂ ਤੇ ਉਹਨਾਂ ਨੇ ਨਾ ਮੇਰੇ ਲਈ ਅਕਾਲੀਆ ਵਾਲਾ ਰੰਗ ਲੈ ਲਿਆ ਠੀਕ ਹੈ ਤੇ ਉਹ ਭੈਣ ਹੁਣੀ ਜਦੋਂ ਮੈਨੂੰ ਪਹਚਾਈ ਤਾਂ ਕਹਿੰਦੇ ਭਈ ਭਾਈਆ ਤਨੂਆ ਕਹਿੰਦਾ ਸੀ ਭਈ ਉਹ ਨਾ ਇਦਾਂ ਆ ਬਈ ਕੋਈ ਪਤਾ ਨਹੀਂ ਕੱਲ ਨੂੰ ਅਕਾਲੀ ਆ ਜਾਣ ਸੱਤੀ ਨੇ ਨਸਵਾਰੀ ਪੱਗ ਬੰਨ ਕੇ ਕੀ ਕਰਨਾ ਸੋ ਹੁਣ ਇਹ ਸਾਰਾ ਜਿਹੜਾ ਇਦਾਂ ਦੀ ਸਥਿਤੀ ਪੈਦਾ ਹੋ ਰਹੀ ਆ ਵੇ ਦੇਖੋ ਕਾਰਨ ਕੀ ਬਣਦਾ ਹੈਗਾ ਹਾਂ ਚਲੋ ਇਹ ਤੇ ਸਾਡੇ ਲੀਡਰਾਂ ਦੀ ਗੱਲ ਹੋਈ ਸੰਸਾਰ ਦੇ ਵਿੱਚ ਚੰਗੇ ਲੀਡਰ ਵੀ ਹੈਗੇ ਆ ਜਿਨ੍ਹਾਂ ਦੇ ਵਿੱਚ ਹੰਕਾਰ ਕੋਈ ਨਹੀਂ ਜਿਹੜੇ ਵਾਕਈ ਸੇਵਾ ਭਾਵ ਨਾਲ ਆਪਣੇ ਦੇਸ਼ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੇ ਆ ਜੀ ਨਿਊਜ਼ੀਲੈਂਡ ਜੀ ਬਹੁਤ ਵਧੀਆ ਦੇਸ਼ ਹੈ ਉੱਥੋਂ ਇੱਕ ਬੜੀ ਚੰਗੀ ਖਬਰ ਆਈ ਹੈ ਵੀ ਸਿੱਖਾਂ ਬਾਰੇ ਉਹਨਾਂ ਦੇ ਜਿਹੜੇ ਪ੍ਰੀਮੀਅਰ ਹੈਗੇ ਪ੍ਰਾਈਮ ਮਿਨਿਸਟਰ ਹੈਗੇ ਉਹਨੇ ਚੰਗਾ ਕਿਹਾ ਅ ਦੇਖੋ ਜੈਸਿੰਡਾ ਬੜੀ ਨੌਜਵਾਨ ਪ੍ਰਧਾਨ ਮੰਤਰੀ ਆ ਨਿਊਜ਼ੀਲੈਂਡ ਦੀ ਪਿਛਲੇ ਦਿਨੀ ਟਾਕਾਨੀਨੀ ਦੇ ਵਿੱਚ ਉਨਾ ਨੇ ਸਿੱਖਾਂ ਦੀ ਰੱਜ ਕੇ ਸਿਫਤਸਲਾ ਕੀਤੀ। ਦਰਅਸਲ ਬਹੁਤ ਵੱਡਾ ਸਪੋਰਟਸ ਕੰਪਲੈਕਸ ਬਣਿਆ ਜਿਹੜਾ ਕਈ ਕਰੋੜ ਰੁਪਇਆ ਸਿੱਖ ਸਪੋਰਟਸ ਕੰਪਲੈਕਸ ਸਪੋਰਟਸ ਕੰਪਲੈਕਸ ਟਾਕਾਨੀਨੀ ਵੱਡਾ ਉਹਨਾਂ ਦਾ ਸ਼ਹਿਰ ਆ। ਜੀ। ਔਰ ਜੈਸਿੰਡਾਹਰੀ ਪਹਿਲਾਂ ਵੀ ਗਾਹੇ-ਬਗਾਹੇ ਸਿੱਖਾਂ ਦੀ ਸਿਫਤ ਕਰਦੇ ਰਹਿੰਦੇ ਨੇ। ਜੀ। ਉਹ ਜੋ ਧਰਮਿੰਦਰ ਪੱਖ ਨੇ ਬਿਲਕੁਲ ਸੈਕੂਲਰ ਸੋਚ ਦੇ ਮਾਲਕ ਨੇ ਤਾਂ ਪਰ ਸਿੱਖਾਂ ਦੀ ਵਿਸ਼ੇਸ਼ ਤੌਰ ਤੇ ਸਿਫਤਸਲਾ ਕਰਨੀ ਉਹਨਾਂ ਦਾ ਕਰੋੜਾਂ ਰੁਪਈਆ ਖਰਚ ਕੇ ਜਿਹੜਾ ਸਪੋਰਟਸ ਕੰਪਲੈਕਸ ਬਣਿਆ ਜਿੱਤੇ ਬਹੁਤ ਸਾਰੀਆਂ ਖੇਡਾਂ ਨੂੰ ਪ੍ਰਮੋਟ ਕੀਤਾ ਜਾਊਗਾ ਤੇ ਉਹ ਸਿੱਖ ਪਾਈਚਾਰੇ 'ਚ ਆ ਕੇ ਉਹਨਾਂ ਦਾ ਇਹ ਗੱਲਾਂ ਕਰਨੀਆਂ ਇਹ ਸਾਡੇ ਸਾਰਿਆਂ ਲਈ ਮਾਣ ਵਾਲੀ ਗੱਲ ਹੈਗੀ ਆ ਜੀ ਅੱਜ ਦੇ ਪ੍ਰੋਗਰਾਮ 'ਚ ਇੰਨਾ ਹੀ ਅਗਲੇ ਪ੍ਰੋਗਰਾਮ ਤੱਕ ਇਜਾਜ਼ਤ ਦਿਓ ਸਤੀ ਸਾਹਿਬ ਬਹੁਤ ਵਧੀਆ ਜਾਣਕਾਰੀ ਦਿੱਤੀ ਬਹੁਤ ਬਹੁਤ ਮਿਹਰਬਾਨੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ